ਪੰਜਾਬੀ ਪੌਡਕਾਸਟ ਦੇ 14ਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਪੰਜਾਬ ਦੇ ਸਿਰਕੱਢ ਨੌਜਵਾਨ ਗੀਤਕਾਰ ਗਿੱਲ ਰੋਂਤਾ ਹੁਣਾ ਨਾਲ ਪੰਜਾਬੀ ਪੌਡਕਾਸਟ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਸਭ ਤੋਂ ਵੱਧ ਕੇ ਇੱਕ ਗੱਲ ਤੇ ਜ਼ੋਰ ਹੈ ਕਿ ਇਹਨੂੰ ਸ਼ੇਅਰ ਜ਼ਰੂਰ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੌਡਕਾਸਟ ਗੱਲ ਕੀ ਹਾਲ ਚਾਲ ਆ? ਵਧੀਆ ਵੱਡੇ ਭਾਈ ਤੁਸੀਂ ਦੱਸੋ ਠੀਕ ਹੋ ਜੀ? ਪਰਿਵਾਰ ਠੀਕ ਹੈ? ਬਹੁਤ ਵਧੀਆ ਜੀ ਸਭ ਕੁਝ ਬਹੁਤ ਵਧੀਆ। ਐਤ ਕੀ ਤਾਂ ਫੇ ਬੜਾ ਤੇਰਾ ਚੱਕਰ ਲੱਗਾ ਹੈ? ਲੰਬਾ। ਹਾਂਜੀ ਐਤ ਕੀ ਭਾਈ ਜੀ ਮੈਨੂੰ ਲੱਗੇ 8 ਮਹੀਨੇ। ਹਾਂਜੀ ਸਤੰਬਰ ਦਸੰਬਰ ਚ ਗਿਆ ਸੀ ਮੈਂ 13 ਦਸੰਬਰ ਨੂੰ ਤੇ ਹੁਣ ਮੁੜਿਆ 8-9 ਮਹੀਨੇ ਲੱਗੇ ਜੀ। ਹਾਂਜੀ ਹਾਂਜੀ ਦੇਖ ਲਓ ਪਿੱਦਾ ਪੰਜਾਬ ਦੇ ਵਿੱਚ ਤੁਸੀਂ ਐਤ ਕੀ ਕਿੰਨਾ ਕੁਝ ਦੇਖਿਆ? ਮੇਰਾ ਖਿਆਲ ਸਾਰੀ ਜ਼ਿੰਦਗੀ 'ਚ ਇੰਨਾ ਕੁਝ ਦੇਖਿਆ ਹੋਣਾ ਜਿੰਨੀ ਉਥਲ-ਪੁਥਲ ਐਤ ਕੀ 8 ਮਹੀਨਿਆਂ 'ਚ ਦੇਖ ਲਈ। ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਨਾ ਦੁਬਾਰੇ ਦੇਖਣੀ ਆ ਨ ਲੇ ਕਿਸੇ ਵਾਕਈ ਥੋੜੀ ਇਹ ਗੱਲ ਆ ਵੀ ਬਹੁਤ ਕੁਝ ਦੇਖ ਕੇ ਆਇਆ ਵੀ ਕਾਫੀ ਚੀਜ਼ਾਂ ਡਿਸਟਰਬ ਹੋਈਆਂ ਪਈਆਂ ਨੇ ਜੀ। ਦੇਖ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਿਹੜੀ ਦੁਨੀਆ ਦੇ ਵਿੱਚ ਨਾ ਸਥਿਰਤਾ ਜਹੀ ਆ ਉਹ ਸਾਰੀ ਦੁਨੀਆ ਦੇ ਇੱਧਾ ਹੋਣ ਲੱਗ ਪਿਆ। ਜਿਹੜਾ ਸਹਜਤਾ ਉਹ ਸਾਰੇ ਪਾਸੇ ਹੀ ਅਸਲ 'ਚ ਨਾ ਪੋਲੀਟੀਕਲ ਜਿਹੜਾ ਲੋਕਾਂ ਦਾ ਰੋਹ ਬਣ ਗਿਆ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਸਾਡਾ ਨਕਸਾਂ ਲੀਡਰਾਂ ਨੇ ਕੀਤਾ। ਹਾਂ। ਉਹ ਵਰਲਡਵਾਈਡ ਹੀ ਜਿਹੜਾ ਪੋਲੀਟੀਕਲ ਕ੍ਰਾਈਸਿਸ ਵੀ ਹੋ ਗਿਆ ਵੀ ਚੰਗੇ ਬੰਦੇ ਰਹੇ ਦੀ ਪੋਲੀਟੀਸ਼ੀਅਨਾਂ ਦੇ ਵਿੱਚ। ਪੋਲੀਟੀਸ਼ੀਅਨ ਦੀ ਪਰਿਭਾਸ਼ਾ ਕਿਸੇ ਨੇ ਦਿੱਤੀ ਹੋਆ। ਹੂੰ। ਕਹਿੰਦੇ ਪੋਲੀਟੀਸ਼ੀਅਨ ਉਹ ਬੰਦਾ ਆ ਜਿਹੜਾ ਮੀਰਾ ਤੋ ਪੈਸੇ ਮੰਗਦਾ ਤੇ ਗਰੀਬਾਂ ਤੋਂ ਵੋਟਾਂ ਤੇ ਦੋਹਾਂ ਨਾਲ ਵਾਦਾ ਕਰਦਾ ਮੈਂ ਤੁਹਾਨੂੰ ਇੱਕ ਦੂਜੇ ਤੋਂ ਬਚਾ ਕੇ ਰੱਖੂਗਾ ਨਾਲੇ ਹੁਣ ਤਾਂ ਲੋਕਾਂ ਕੋਲੇ ਹੁਣ ਤਾਂ ਬਾਈ ਇੱਕ ਨਾ ਸੋਲਿਡ ਰੀਜਨ ਹੈ ਵੀ ਲੋਕਾਂ ਨੂੰ ਲੱਗਦਾ ਵੀ ਅਸੀਂ ਬਰਬਾਦ ਹੋ ਗਏ ਪੰਜਾਬ ਵੀ ਜਾਂ ਹਨਾ ਵੀ ਸਾਡਾ ਇਹਨਾਂ ਨੇ ਕੁਛ ਕੀਤਾ ਨਹੀਂ ਪਰ ਇਹਦਾ ਆਪਣੇ ਬੰਦੇ ਦਾ ਬਿਨਾਂ ਗੱਲ ਤੋਂ ਲੜਨ ਵਾਲੇ ਬੰਦੇ ਰਹੇ ਨੇ ਹਨਾ ਇਹ ਸਾਡੇ ਇਹਨਾਂ ਜੀ ਕੇਰਾ ਮੇਰਾ ਮਿੱਤਰ ਗੱਲ ਸੁਣਾਉਂਦਾ ਉਹ ਕਹਿੰਦਾ ਕਿ ਇੱਕ ਬੰਦਾ ਨਾ ਦਰਵਾਜ਼ੇ ਹੀ ਨਹੀਂ ਹੁੰਦੇ ਸੀਗੇ ਜੀ ਘਰਾਂ ਦੇ ਮੂਹਰੇ ਹਾਂਜੀ ਤੇ ਉਹ ਦਰਵਾਜ਼ੇ 'ਚ ਬੈਠਾ ਤੇ ਆਪਦੇ ਜਵਾਕਾਂ ਨਾਲ ਬੈਠਾ ਸ਼ਹਿਰੋਂ ਆਇਆ ਹੋਣਾ ਕੇਲੇ ਲਿਆਇਆ ਹੋਣਾ ਤੇ ਕੇਲੇ ਜਵਾਕਾਂ ਨੂੰ ਦਈ ਜਾਂਦਾ ਤੇ ਖਾਈ ਜਾਂਦਾ ਹਾਂਜੀ ਹਾਂਜੀ ਬਾਹਰ ਤੋਂ ਦਾ ਕੋਈ ਆੜੀ ਪੁਰਾਣਾ ਮਿੱਤਰ ਲੰਘਿਆ ਲੰਘਣ ਲੱਗਿਆ ਉਹ ਕਹਿੰਦਾ ਆ ਜਾ ਹਰਵੰਸ ਸਿੰਘ ਆ ਕੇਲੇ ਖਾ ਲਾ ਹਾਂਜੀ ਉਹ ਕਹਿੰਦਾ ਨਹੀਂ ਬਸ ਖਾ ਕੇ ਜਿਵੇਂ ਆਪਾਂ ਆ ਵੀ ਕੋਈ ਕਹਿੰਦਾ ਚਾਹ ਪੀ ਲੈ ਆਗਲਾ ਕਹਿੰਦਾ ਨਹੀਂ ਬਸ ਪੀ ਕੇ ਹਾਂਜੀ ਉਹ ਕਹਿੰਦਾ ਨਹੀਂ ਬਸ ਖਾ ਕੇ ਉਹ ਸੀਗਾ ਟਿਚਰੀ ਜਿਹੜਾ ਕੇਲੇ ਲਈ ਬੈਠਾ ਸੀ ਕਹਿੰਦਾ ਤੁਸੀਂ ਤਾਂ ਕਿੱਥੋਂ ਖਾਲੇ ਹੋਣਿਆ 90 ਰੁਪਏ ਦਰ ਜਣਾ ਉਹ ਦੰਗ ਡੰਗੀ ਹੋ ਗਏ ਕਹਿੰਦਾ ਯਾਰ ਅਸੀਂ ਨੰਗਾ 90 ਦੀ ਲੈ ਨਹੀਂ ਸਕਦੇ ਉਹ ਹੈਲਾ ਆਪਣੇ ਬੰਦੇ ਦਾ ਇਹ ਗੱਲ ਤੋਂ ਲੜ ਪੈਂਦੇ ਆ ਹੁਣ ਤਾਂ ਕੋਈ ਮਸਲਾ ਹੀ ਵੱਡਾ ਇਹਨਾਂ ਕੋਲੇ ਚਲੋ ਹੁਣ ਤਾਂ ਇਹਨਾਂ ਦੇ ਬੰਦਾ ਲੜਨਾ ਹਾਂਜੀ 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 ਇੱਕ ਨਾ ਜਿਹੜੇ ਤੇਰੇ ਗੀਤ ਹੁੰਦੇ ਆ ਗਿੱਲ ਜਿੰਨੇ ਵੀ ਤੇਰੇ ਗੀਤ ਆ ਉਹ ਸਾਰਿਆਂ ਦੇ ਵਿੱਚ ਨਾ ਇੱਕ ਹੌਸਲਾ ਦੇਣ ਦੀ ਗੱਲ ਹੁੰਦੀ ਆ ਤੇ ਇੱਕ ਆਪਣੇ ਹੱਕ ਲਈ ਖੜਨ ਦੀ ਗੱਲ ਹੁੰਦੀ ਆ ਜਲੀ ਤਾਂ ਬਾਈ ਧੰਨਵਾਦ ਤੁਹਾਡਾ ਤੁਸੀਂ ਗਾਏ ਬਾਈ ਵਾਰਿਸ ਵੱਡੇ ਬਾਈ ਨੇ ਹਨਾ ਤੁਸੀਂ ਸਾਰਿਆਂ ਨੇ ਇਹ ਨਾ ਮੈਨੂੰ ਲੱਗ ਜਿੰਨਾ ਕਿ ਮੈਨੂੰ ਆਪ ਨੂੰ ਲੱਗਦਾ ਵੀ ਯਾਰ ਠੀਕ ਆ ਕਮਰਸ਼ਲ ਆਪਣਾ ਕੰਮ ਆ ਇਹਦੇ ਚ ਆਪਾਂ ਹਰ ਤਰ੍ਹਾਂ ਦਾ ਲਿਖਦੇ ਵੀ ਆ ਕਰਦੇ ਪਰ ਇੱਕ ਜ਼ਿੰਮੇਵਾਰੀ ਜਿਵੇਂ ਤੁਸੀਂ ਮੁੱਢ ਤੋਂ ਹੀ ਪਰਿਵਾਰ ਨੇ ਬਾਈ ਤੁਹਾਡੇ ਸਾਰੇ ਭਾਈਆਂ ਨੇ ਨਵਾਈ ਵੀ ਚੀਨਾ ਜੱਟ ਦਾ ਬਨੇਰੇ ਤੇ ਵੀ ਆਇਆ ਤਾਂ ਪਰ ਤੁਹਾਡਾ ਧੀਆ ਬਚਾਓ ਰੱਖ ਲਗਾਓ ਵੀ ਆਇਆ ਹਨਾ ਹਾਂਜੀ ਉਹ ਚੀਜ਼ਾਂ ਤੋਂ ਅਸੀਂ ਵੀ ਸਿੱਖਦੇ ਰਹੇ ਮੈਂ ਤੈਨੂੰ ਇਹ ਗੱਲ ਪੁੱਛਣੀ ਸੀ ਕਿ ਤੇਰੇ ਮੈਂ ਪੁਰਾਣੇ ਵੀ ਗੀਤ ਦੇਖੇ ਜਿਹੜੇ ਤੂੰ ਜਾਣਗੇ ਤੂ ਲਿਖਿਆ ਤੋ ਸ਼ੁਰੂ ਤੋਂ ਹੀ ਤੇਰਾ ਇੱਧਰ ਨੂੰ ਸੁਭਾਅ ਆ ਜਣ ਕੇ ਆਪਣੀ ਹੋਂਦ ਦੇ ਲਈ ਖੜਨਾ ਲੜਨਾ ਇਹ ਤੁਹਾਨੂੰ ਪਰਿਵਾਰ ਚੋਂ ਜਣ ਕੇ ਤੂੰ ਕੀ ਸੋਚਦਾ ਪਈ ਕਿਹਦਾ ਸਭ ਤੋਂ ਵੱਧ ਤੇਰੇ ਤੇ ਅਸਰ ਪਿਆ ਜਮਾਂ ਸਹੀ ਤੁਹਾਡੀ ਗੱਲ ਅਸਲ 'ਚ ਪਰਿਵਾਰ ਹੀ ਬੰਦੇ ਦਾ ਪਹਿਲਾ ਸਕੂਲ ਹੈ ਹਨਾ ਪਰਿਵਾਰ ਤੋਂ ਹੀ ਜੋ ਪਾਸੇ ਨੂੰ ਤੁਰਦਾ ਬੰਦਾ ਫੇਰ ਉਦੋਂ ਬਾਅਦ ਬਾਹਰ ਦੁਨੀਆ ਨਾਲ ਵਿਚਰਦਾ ਅਸਲ 'ਚ ਪਰਿਵਾਰ ਤੋਂ ਹੀ ਮੇਰੇ ਨਾਲ ਇਹ ਹੋਇਆ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ 4-5 ਸਾਲ ਦਾ ਸੀ ਮੈਂ 91 ਦਾ ਬੌਰਨਾ ਤੇ ਉਹ 94 ਚ ਚਲੇ ਗਏ 20 ਸਤੰਬਰ 94 ਨੂੰ ਹਾਂਜੀ ਅੱਛਾ ਮੇਰਾ ਵੱਡਾ ਭਾਈ ਆ ਉਹਨਾਂ ਦੀ ਨਾ ਜ਼ੁਬਾਨ 'ਚ ਪ੍ਰੋਬਲਮ ਆ ਥਥਲਾ ਕੇ ਬੋਲਦੇ ਨੇ ਯਾਨੀ ਕਿ ਜੇ ਮੈਂ ਤੁਸੀਂ ਪਹਿਲੀ ਵਾਰ ਮਿਲੋਗੇ ਤਾਂ ਪਹਿਲੀ ਇਹ ਵਾਰ ਸਮਝ ਨਹੀਂ ਆਉਣੀ ਰੋਜ਼ਮਰਾਂਚ ਤਾਂ ਹੁਣ ਉਹ ਕੰਮ ਧੰਦਾ ਸਾਰਾ ਖੇਤੀਬਾੜੀ ਸਭ ਉਹੀ ਸਾਹਮਣੇ ਨੇ ਉਹਨਾਂ ਦੇ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਸਮਝਦੇ ਨੇ ਪਰ ਜਾਨੀ ਨਵੇਂ ਬੰਦੇ ਨੂੰ ਉਹ ਵੀ ਜਿਹੜੀ ਇੱਕ ਪ੍ਰੋਬਲਮ ਸੀ ਵੀ ਬਾਈ ਦੀ ਵੀ ਸਮਝ ਨਹੀਂ ਆਉਂਦੀ ਸੀ ਹੈਨਾ ਉਹਦੀ ਜ਼ਬਾਨ ਚ ਪ੍ਰੋਬਲਮ ਸੀ ਹਾਂਜੀ ਹਾਂਜੀ ਉਹ ਖੇਤੀਕਾਰ ਜਰੂਰ ਲੱਗ ਗਿਆ ਤਾਂ ਹੁਣ ਮਾਤਾ ਦੇ ਸਿਰ ਤੇ ਸਾਰਾ ਸਿਸਟਮ ਆ ਗਿਆ ਹਾਂ ਚਲੋ ਠੀਕ ਜਮੀਨ ਜਾਇਦਾਦ ਮਹਾਰਾਜ ਦੀ ਕਿਰਪਾ ਨਾਲ ਸੀਗੀ ਪਰ ਤੰਗੀ ਆ ਗਈ ਵੀ ਇੱਕੋ ਹੀ ਮੁੰਡਾ ਹੈ ਉਹ ਵੀ 6ਵੀਂ ਚ ਪੜ੍ਹ ਕੇ ਟਰੈਕਟਰ ਚ ਚਾਉਣ ਲੱਗ ਗਿਆ ਆਟਕੇ ਤਾਂ ਉਹ ਤੋਂ ਬੋਲਿਆ ਨਹੀਂ ਜਾਂਦਾ ਸੀ ਦੋ ਭੈਣਾਂ ਵੀ ਤਾਂ ਉਹ ਮਾਤਾ ਕੋਲੇ ਜਦੋਂ ਆ ਗਿਆ ਸਾਰਾ ਚਾਰਜ ਆਇਆ ਤਾਂ ਉਹ ਬੁੜੀ ਲਈ ਇੱਕ ਔਖਾ ਬਹੁਤ ਹੋ ਜਾਂਦਾ ਇੱਕ ਤਾਂ ਹਰੇਕ ਬੰਦਾ ਆ ਕੇ ਸਲਾਹ ਦਿੰਦਾ ਤੁਸੀਂ ਜੀ ਖੇਤੀ ਛੱਡ ਦਿਓ ਤੁਸੀਂ ਆ ਕਰ ਲੋ ਕੋਈ ਕਹਿੰਦਾ ਜੀ ਤੁਸੀਂ ਕੰਧਾਂ ਉੱਚੀਆਂ ਕਰ ਲੋ ਹੈਨਾ ਤਾਂ ਉਹ ਕੰਧਾਂ ਉੱਚੀਆਂ ਮਤਲਬ ਵੀ ਇੱਥੇ ਚੋਰ ਲੋਕ ਆ ਜਾਂਦੇ ਆ ਜੀ ਆ ਤਾਂ ਮਾਤਾ ਸਾਡੀ ਨੇ ਨਾ ਬਹੁਤ ਦਲੇਰੀ ਨਾਲ ਪਹਿਲਾਂ ਤੂੰ ਕਿਹਾ ਉਹ ਕਹਿੰਦੀ ਵੀ ਕੰਧਾਂ ਉੱਚੀਆਂ ਦਾ ਕੀ ਮਤਲਬ ਹਾਂ ਕੰਧਾਂ ਦਾ ਜਿਹੜੀਆਂ ਹੈ ਇਹ ਤਾਂ ਹੋਰ ਡਰਨ ਵਾਲੀ ਗੱਲ ਹੋਗੀ ਵੀ ਲੋਕਾਂ ਨੂੰ ਪਤਾ ਲੱਗੂ ਜੂ ਡਰਦੇ ਆ ਉਹ ਕਹਿੰਦੇ ਸੀ ਜੇ ਕਿਸੇ ਨੇ ਸਲਾਹ ਦੇਣੀ ਵੀ ਭਾਈ ਤੂੰ ਬੀਬੀ ਦਾ ਕੱਚਾ ਨਾ ਭੋਲੀ ਸੀ ਭੋਲੀ ਤੂੰ ਕੰਧਾਂ ਭਾਈ ਉੱਚੀਆਂ ਕਰ ਉਹ ਕਹਿੰਦੇ ਸੀ ਵੀ ਬਾਈ ਕੰਧਾਂ ਉੱਚੀਆਂ ਦਾ ਮਸਲਾ ਨਹੀਂ ਪਰ ਇੰਨੀ ਇੱਕ ਗੱਲ ਆ ਵੀ ਸਾਡੇ ਘਰੇ ਬੰਦਾ ਵਰਤਾ ਜਾਊ ਤੇ ਜਾਊ ਵਾਪਸ ਤੋਂ ਕਹੇ ਜੀ ਜਾਊਗਾ ਸਾਨੂੰ ਚਿੰਤਾ ਨਹੀਂ ਕੋਈ ਹਾਂਜੀ ਉਹ ਗੱਲ ਹੈ ਨਾ ਕਿ ਜਿਹੜੀ ਇਹ ਮਰਦ ਪ੍ਰਧਾਨ ਸੋਸਾਇਟੀ ਆ ਇਹ ਇਹ ਨਹੀਂ ਸੋਚਦੀ ਪਈ ਔਰਤ ਆ ਕੰਮ ਕਰ ਸਕਦੀ ਕਿ ਨਹੀਂ ਕਰ ਸਕਦੀ ਹਾਂਜੀ ਜੇ ਔਰਤ ਹੋਬੀ ਜਾਂਦੀ ਆ ਨਾ ਕਾਮਯਾਬ ਤਾਂ ਵੀ ਉਹਦੀ ਕਾਮਯਾਬੀ ਨੂੰ ਛਟਲਾਉਣ ਦੀ ਕੋਸ਼ਿਸ਼ ਕਰਦੀ ਬਾਈ ਆਪਾਂ ਉਹ ਗਾਣਾ ਵੀ ਬਾਈ ਕਮਲਵੀਰ ਵੀ ਬਾਈ ਉਹਨਾਂ ਨੇ ਗਾਇਆ ਜਿਹੜਾ ਕਰੇ ਕੀ ਨਿਸ਼ੇੜੀ ਜੀ ਦਾ ਪੁੱਤ ਬਣ ਜੇ ਹਰ ਥਾਂ ਨਹੀਂ ਮਾਮਾ ਜ਼ਿੰਮੇਵਾਰ ਹੋਲੀ ਮਤਨ ਉਹ ਹੀ ਡਿਟੇਲ ਚ ਦੱਸਦਾ ਸੀ ਉਹ ਵੀ ਤਾਂ ਹੀ ਲਿਖਿਆ ਉਸ ਤੋਂ ਬਾਅਦ ਜਿਵੇਂ ਹੁਣ ਫੇਰ ਬਾਈ ਨਿਆਣਾ ਸੀਗਾ ਖੇਤੀ ਦਾ ਕਰਨ ਲੱਗ ਗਿਆ ਤਾਂ ਕਈ ਵਾਰੀ ਨਾ ਜਾਨੀ ਕਿ ਵੀ ਫਾਸਲਾਂ ਬਾਧੇ ਨੂੰ ਘਾਟੇ 'ਚ ਵੀ ਨਾ ਜਾਣੀ ਤਾਂ ਬਚਣਾ ਕੁਛ ਨਾ ਕੋਈ ਟਰੈਕਟਰ ਟੁੱਟ ਗਿਆ ਕੋਈ ਹੋਰ ਸੰਦ ਸਨੇੜਾ ਟੁੱਟ ਗਿਆ ਇੱਦਾਂ ਖੇਤੀ ਦੇ ਕੰਮ ਸਾਡੀ ਮਾਤਾ ਦਾ ਜਿਹੜਾ ਸੁਭਾਅ ਸੀ ਉਹਨੇ ਹਮੇਸ਼ਾ ਹੌਸਲਾ ਹੀ ਦੇਣਾ ਉਹਨੇ ਕਹਿੰਦਾ ਕੁਛ ਨਹੀਂ ਚਲਦੇ ਕੰਮਾਂ 'ਚ ਟੁੱਟਦੇ ਹੀ ਹੁੰਦੇ ਆ ਨਾ ਵਜਣਗੇ ਪੈਸੇ ਆਪਾਂ ਨੂੰ ਪਰ ਆਪਾਂ ਕਰ ਲਾਂਗੇ ਕੋਈ ਨਹੀਂ ਉਹ ਚੀਜ਼ ਅੰਦਰ ਵੱੜ ਗਈ ਹੌਸਲਾ ਅੰਦਰ ਵੱੜ ਗਿਆ ਸਾਡੀ ਮਾਤਾ ਨੇ ਮੇਝੇ ਹੀ ਕਹਿੰਦੇ ਬੰਦਾ ਬੰਬਰਗਾ ਚਾਹੀਦਾ ਜਲੇਰ ਚਾਹੀਦਾ ਹੈ ਨਾ ਤਾਂ ਉਹਦੇ ਨਾਲ ਉਹ ਚੀਜ਼ਾਂ ਮੇਰੇ ਅੰਦਰ ਵੱੜ ਗਈਆਂ ਹੁਣ ਵੀ ਚਲੋ ਮਹਾਰਾਜ ਦੀ ਇੰਨੀ ਕਿਰਪਾ ਵੀ ਜੇ ਕੋਈ ਘਾਟੇ ਵਾਲੀ ਗੱਲ ਆ ਜਾਂਦੀ ਹਲ ਹੋ ਜਾਂਦੀ ਆ ਵੀ ਯਾਰ ਉਹ ਮਾਤਾ ਕਰਕੇ ਹੀ ਸੁਭਾਅ ਚ ਉਹ ਚੀਜ਼ ਵੱੜ ਗਈ ਵੀ ਇੱਕੇਦਮ ਘਬराईਦਾ ਨਹੀਂ ਵੀ ਹਮੇਸ਼ਾ ਇਹ ਲੱਗਦਾ ਰਹਿੰਦਾ ਵੀ ਜੇ ਕੁਝ ਹੋ ਵੀ ਗਿਆ ਹੁਣ ਇਹਦੇ ਤੇ ਪਛਤਾਉਣ ਨੂੰ ਸਮਾਂ ਖਰਾਬ ਕਰਨ ਨੂੰ ਹੁਣ ਅੱਗੇ ਦਾ ਹੱਲ ਲੱਭਣ ਦਾ ਯਤਨ ਕਰੀਏ ਹਾਂਜੀ ਹਨਾ ਉਹ ਚੀਜ਼ਾਂ ਸੁਭਾਅ ਚ ਵੱੜ ਗਈਆਂ ਉਹਨਾਂ ਨੇ ਬਹੁਤ ਮੈਨੂੰ ਇਹੋ ਜਿਹੇ ਗੀਤਾਂ ਵੱਲ ਲੈ ਕੇ ਤੋਰਿਆ ਵੀ ਜੰਗ ਵਰਗੇ ਗਾਣੇ ਜਾਂ ਜਿਹੜੇ ਮੋਟੀਵੇਸ਼ਨਲ ਗਾਣੇ ਮੁੰਡੇ ਪਿੰਡਾਂ ਦੇ ਵਰਗੇ ਗਾਣੇ ਉਹ ਚੀਜ਼ਾਂ ਨੇ ਲਿਖਵਾਏ ਜਿਹੜੀ ਆਪਾਂ ਗੱਲ ਕਰਦੇ ਸੀ ਮਰਦ ਪ੍ਰਧਾਨ ਵਾਲੀ ਬਾਈ ਉਹਨਾ ਮੈਨੂੰ ਬੜਾ ਇਸ ਚੀਜ਼ ਦਾ ਅਫਸੋਸ ਰਿਹਾ ਮੈਂ ਉਹ ਗਾਣਾ ਕਮਲਬਾਈ ਹੁਣਾਲਾ ਜਿਹੜਾ ਲਿਖਿਆ ਉਹ ਇਸੇ ਚੀਜ਼ ਦੀ ਪ੍ਰਾਈਸ ਹੀ ਸੀਗਾ ਹਾਂਜੀ ਹਾਂਜੀ ਤੇ ਜਦੋਂ ਨਾ ਹੁਣ ਦੋ ਪੈਸਿਆਂ ਦੀ ਮੈਂ ਤਰੱਕੀ ਕਰੀ ਆ ਮੈਂ ਗਾਣੇ ਲਿਖੇ ਨੇ ਚੰਗੇ ਲੋਕਾਂ ਨੇ ਗਾਤੇ ਉਹ ਵਧੀਆ ਲੋਕਾਂ ਨੇ ਸੁਣ ਲਏ ਤਾਂ ਉਹਦੇ 'ਚ ਹੁਣ ਲੋਕ ਜੇ ਉਹਦੀ ਅਨਲਿਸਿਸ ਹੁੰਦਾ ਤਾਂ ਅਗਲਾ ਕਹਿੰਦਾ ਜੀ ਇਹ ਬਹੁਤ ਚੰਗਾ ਲਿਖਦਾ ਹੈ ਇਹ ਮੁੰਡਾ ਬੜਾ ਚੰਗਾ ਹੈ ਇਹ ਵਧੀਆ ਬੰਦਾ ਹੈ ਜਾਂ ਭਾਈ ਆਪਣਾ ਰੱਖ ਲਈਏ ਵੀ ਵਾਰਸ ਭਰਾ ਜੀ ਮੁੰਡੇ ਬਹੁਤ ਸਿਆਣੇ ਨੇ ਬਹੁਤ ਵਧੀਆ ਗਾਉਂਦੇ ਨੇ ਇਹ ਬੜੇ ਚੰਗੇ ਨੇ ਉਹਦੇ 'ਚ ਹੁਣ ਕੋਈ ਬੰਦਾ ਬਿਨਾ ਆਪਣੇ ਦੱਸਣ ਤੋਂ ਜੇ ਤੁਸੀਂ ਭਾਈ ਆਪ ਕਹੋ ਤਾਂ ਵੱਖਰੀ ਗੱਲ ਹੈ ਵੀ ਸਾਡੇ ਮਾਤਾ ਜੀ ਦਾ ਬਹੁਤ ਯੋਗਦਾਨਾ ਜਾਂ ਮੈਂ ਕਹਾਂ ਵੀ ਮੇਰੀ ਬਈ ਬੀਬੀ ਦਾ ਯੋਗਦਾਨ ਹੈ ਤਾਂ ਵਧੀਆ ਸਾਰਾ ਕੁਝ ਹੈ ਪਰ ਆਪੇ ਆਪੇ ਕੋਈ ਨਹੀਂ ਕਹੂਗਾ ਕਿ ਨਹੀਂ ਕਹਿੰਦਾ ਜਦੋਂ ਜੋਗ بگੜ ਜਾਂਦਾ ਮੈਂ ਇਹ ਇਹ ਅੱਖੀਂ ਦੇਖੀਆਂ ਗੱਲਾਂ ਸਾਡੇ ਪਿੰਡ ਵਾਪਰੀਆਂ ਮੇਰੇ ਇਲਾਕੇ ਦੇ ਦੋਸਤਾਂ ਚ ਵਾਪਰੀਆਂ ਇੱਕ ਜੋਗ بگੜ ਗਿਆ ਉਹ ਨਸ਼ੇੜੀ ਹੋ ਗਿਆ ਉਹਨੇ ਜ਼ਮੀਨ ਵੇਚਤੀ ਜਦੋਂ ਉਹ ਤਾਂ ਉਹ ਵੱਡਾ ਨਹੀਂ ਹੋਇਆ ਸੀ ਮਾਪਿਆਂ ਨੇ ਪਾਲਿਆ ਤਾਂ ਉਹਨਾਂ ਨੇ ਔਖੇ ਸਖਾਲੇ ਜ਼ਮੀਨ ਰੱਖੀ ਰੱਖੀ ਉਹਨੂੰ ਪਾਲਿਆ ਪੜ੍ਹਾਇਆ ਵੀ ਜਦੋਂ ਉਹ ਹੋ ਗਿਆ ਵੱਡਾ ਨਸ਼ੇੜੀ ਹੋ ਗਿਆ ਤੇ ਜ਼ਮੀਨ ਵੇਚਤੀ ਉਦੋਂ ਕੋਈ ਨਹੀਂ ਕਹਿੰਦਾ ਇਹ ਐ ਕੱਲਾ ਨਹੀਂ ਕਹਿੰਦੇ ਇਹ ਮਾੜਾ ਐਂ ਕਹਿੰਦੇ ਆ ਇਹ ਮਾਂ ਨੇ ਇਹਦੀ ਨੇਰ ਸੰਭਾਲਿਆ ਨਹੀਂ ਇਹਨੂੰ ਸਿਖਾਇਆ ਨਹੀਂ ਵਿਗਾੜਤਾ ਹਾਂ ਹਾਂ ਇਹਦੀ ਮਾਂ ਨੇ ਵਿਗਾੜਿਆ ਇਹਦੀ ਮਾਂ ਨੇ ਸੰਭਾਲਿਆ ਨਹੀਂ ਹੁਣ ਮਾਂ ਕੀ ਕਰੇ ਮਾਂ ਤੋਂ ਉਹ ਨਸ਼ੇ ਬਿਨਾ ਮਰਦਾ ਵੀ ਨਹੀਂ ਜਰਿਆ ਜਾਂਦਾ ਮਾਂ ਨਸ਼ਾ ਲੈਣ ਵੀ ਝੋਲੀ ਅੱਡ ਕੇ ਤੁਰ ਪੈਂਦੀ ਆ ਹਾਂ ਹਾਂ ਉਹਦੇ ਢਿੱਡ ਦੀ ਉਹ ਅੰਦਰ ਹੈ ਪਰ ਜਿਹੜਾ ਸਮਾਜ ਆ ਉਹ ਜਿਹੜਾ ਦੋਸ਼ ਆ ਉਹ ਬਹੁਤ ਛੇਤੀ ਮੜ ਦਿੰਦਾ ਔਰਤ ਦੇ ਵਿੱਚ ਜਿਹੜਾ ਟਰਮਾ ਆ ਜਾਂ ਸਮਝਣ ਦਾ ਕਿਸੇ ਗੱਲ ਨੂੰ ਇੱਕ ਧੀਰਜ ਰੱਖਣ ਦਾ ਸੁਭਾਅ ਆ ਜਿਹੜਾ ਉਹਦਾ ਹਾਂਜੀ ਉਹ ਐਕਚੁਅਲੀ ਬੰਦੇ ਵਿੱਚ ਕਰਤਾ ਹੁੰਦਾ ਪਰ ਬੰਦਾ ਦੋਸ਼ ਉਧਰ ਜਾ ਦੇ ਲਾ ਦਿੰਦਾ ਜਿੱਦਾਂ ਔਰਤ ਕਿਸੇ ਵੀ ਥਾਂ ਜਾਂਦੀ ਆ ਹੁਣ ਦੇਖੋ ਕਿਸੇ ਜਗ੍ਹਾ ਦੀ ਪ੍ਰਧਾਨਗੀ ਮੰਗਦੀ ਆ ਜਾਂ ਬਰਾਬਰਤਾ ਮੰਗਦੀ ਆ ਤਾਂ ਉਸ ਅੱਗੋਂ ਇਹ ਕਹਿਣ ਲੱਗ ਪੈਂਦੇ ਇਹ ਨਹੀਂ ਕਹਿੰਦੇ ਕਿ ਸਾਡੇ ਬਰਾਬਰ ਇਹ ਕਹਿਣ ਲੱਗ ਪੈਂਦੇ ਆ ਕਿ ਇਹ ਜੀ ਕਿਉਂ ਮੰਗ ਰਹੀ ਆ ਇਹਨੂੰ ਚਾਹੀਦਾ ਨਹੀਂ ਇਹ ਸਹੀ ਤਰੀਕਾ ਨਹੀਂ ਵਰਤਣ ਦਾ ਇਹਦਾ ਆਪ ਦੀਆਂ ਨਕਾਮੀਆਂ ਨਾ ਬੰਦਾ ਬਾਈ ਛਪਾਉਣ ਲਈ ਔਰਤ ਤੇ ਇਲਜ਼ਾਮ ਲਾ ਕੇ ਬਹੁਤ ਛੇਤੀ ਸੁਰਖਰੂ ਹੋ ਜਾਂਦਾ ਨਾ ਹਾਂਜੀ 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 ਹੁਣ ਆਪਾਂ ਜੰਗ ਗਾਨੇ ਚ ਵੀ ਲਿਖਿਆ ਵੀ ਉਹ ਦਾ ਦਾਨਾ ਬਾਦ ਜਾ ਕੇ ਕਿਵੇਂ ਟੁੱਟ ਜਾਂਦੇ ਤੀਰ ਹਾਂਜੀ ਹੁਣ ਕੁੜੀ ਨੂੰ ਘਰੋਂ ਭਜਾ ਲਿਆ ਅੱਜ ਹਾਂਜੀ ਹਾਂਜੀ ਅੱਜ ਉਹ ਅਸਲਾ ਚ ਨਕਲ ਆ ਕਹਾਣੀ ਆ ਆ ਸਾਨੂੰ ਜਿੱਦਾਂ ਮਿਲੀ ਹੈ ਹਾਂ ਕੁੜੀ ਨੂੰ ਭਜਾ ਲਿਆ ਆ ਉਹ ਉਹਦੀ ਖਾਤਰ ਤੁਰ ਪੀ ਫਿਰ ਤੂੰ ਅੱਧ ਵਿਚਾਲੇ ਆ ਕੇ ਸੌਂ ਗਿਆ ਉੱਥੇ ਕਸੂਰ ਦਾ ਸਹਿਵਾ ਦਾ ਨਾ ਉਹਦੇ ਭਰਾਵਾਂ ਦਾ ਕਸੂਰ ਉਹ ਆਪ ਦਾ ਉਹਦਾ ਸਹਿਵਾ ਨੂੰ ਮਾਰੀ ਬਣਾਦਾ ਤੂੰ ਸਿਰੇ ਜਾ ਕੇ ਸੌਂ ਜੋ ਤੂੰ ਪਹਿਲਾਂ ਹੀ ਆਇਆ ਫਿਰ ਤੂੰ ਉਹਦੇ ਘਰੇ ਤਾਂ ਪਹੁੰਚ ਤੂੰ ਉਹਨੂੰ ਰੋਈਆਂ ਚ ਲਈ ਬੈਠਾ ਖੇਤਾਂ ਚ ਲਈ ਬੈਠਾ ਬਾਈ ਜਾਨਸ ਅੱਜ ਦਾ ਤਾਂ ਚਲੋ ਜਮਾਨਾ ਦੇ ਨਾਲ ਬਾਲਾ ਫਰਕ ਪੈ ਗਿਆ ਜੇ ਹੁਣ ਮੈਂ ਅੱਜ ਵਾਲੀ ਧਾਰਨ ਨੇ ਮੈਂ ਬਾਈ ਜਾਨ ਤੈਨੂੰ ਹਟੇ ਕਹੋ ਜੇ ਤੇ ਉਹਦੇ ਭਰਾ ਵੀ ਨੇ ਮਗਰ ਹੁਣ ਕੁੜੀ ਕਿੱਧਰ ਜਾਊਗੀ ਆਹੋ ਉਹੀ ਤਾਂ ਗੱਲ ਆ ਜੇ ਤੂੰ ਉਹਨੂੰ ਜੰਗਲ ਤੇ ਲੈ ਕੇ ਬਹਿ ਗਿਆ ਤਾਂ ਤੂੰ ਛਤਰੀ ਖਾਣੇ ਆ ਚਾਹੀਦਾ ਤਾਂ ਇਹ ਸੀਗਾ ਅੱਜ ਦੇ ਜਮਾਨੇ 'ਚ ਵੀ ਯਾਨਕਿ ਜੇ ਹੁਣ ਇਦਾਂ ਲੈ ਕੇ ਆਇਆ ਤੇ ਆਪਣਾ ਲਾਈਫ ਇੰਸ਼ੋਰੈਂਸ ਵੀ ਕਰਾ ਕੇ ਆ ਉਹ ਮਗਰ ਉਹ ਮਗਰ ਰੋਟੀ ਦਾ ਖਾ ਲਵੇ ਨਾ ਤੀ ਤੱਕ ਪਰ ਇਹ ਗੱਲਾਂ ਹੁਣ ਕੌਣ ਦੱਸੇ ਇਹ ਤਾਂ ਗੱਲ ਸਹੀ ਆ ਨਾਲੇ ਗੱਲ ਇਦਾਂ ਨਾ ਵੀ ਲੋਕ ਤਾਂ ਅੱਜ ਵੀ ਅੱਜਕੱਲ ਵੀ ਬਥੇਰਾ ਧੱਕਾ ਕਰੀ ਜਾਂਦੇ ਸਾਡੇ ਆ ਉਸ ਵੇਲੇ ਉਹਨਾਂ ਸਹਿਬਾਂ ਦੀ ਸੁਣੀ ਹੋਣੀ ਆ ਕਹਿੰਦਾ ਹੁਣ ਚੱਲ ਚੱਲ ਤੋਰ ਤੂੰ ਹਨਾ ਮੁੜ ਕੇ ਫੇਰ ਪੱਛਾ ਫੇਰ ਮਾੜੀ ਦੁਨੀਆ ਨੇ ਫੇਰ ਸਹਿਬਾਂ ਮਾੜੀ ਬਣਾ ਦੀ ਕੋਈ ਇਹ ਤਾਂ ਸੋਚੋ ਵੀ ਜਾਂ ਫਿਰ ਇਹਦਾ ਮਤਲਬ ਉਹ ਅਮਲੀ ਹੋਣਾ ਵੀ ਉਹਦਾ ਕਿਤੇ ਨਸ਼ਾ ਪਤਾ ਟੁੱਟ ਗਿਆ ਉਹਨੂੰ ਨੀਂਦ ਆ ਗਈ ਆਹ ਇਹ ਵੀ ਕੀ ਪਤਾ ਕਿਸੇ ਪਾਸੇ ਉਹ ਐਨਲਿਸਿਸ ਤਾਂ ਕਰੋ ਨਾ ਦੋਨੇ ਪੱਖਾਂ ਨੂੰ ਰੱਖ ਕੇ ਐਨਲਿਸਿਸ ਕਰੋ ਤੁਸੀਂ ਬਸ ਸਿਰਫ ਇਹ ਕਹਿਦਾ ਵੀ ਮਿਰਜਾ ਸੌ ਗਿਆ ਉਹ ਕੋਈ ਮਾੜੀ ਗੱਲ ਨਹੀਂ ਸਹਿਬਾਂ ਨੇ ਤੀਰ ਤੋੜ ਤੇ ਮਾੜੀ ਹੋ ਗਈ ਨਾਲੇ ਤੀਰ ਕਿੱਦਾਂ ਤੋੜ ਤੇ ਜਾ ਰਹੀ ਇਹ ਨਹੀਂ ਪਤਾ ਲੱਗਦਾ ਤਰਕਸ਼ ਜਾਂਡ ਤੇ ਟਾਂਗ ਦਿੱਤਾ ਸਹਿਬਾਂ ਸੀਗੀ ਕਿ ਤੋ ਤੀ ਉਹਦੇ ਜੇਮ ਦੇ ਕੋਲ ਇੱਕ ਪਾਲਤੂ ਲੰਗੂਰ ਰੱਖਿਆ ਆ ਸਾ ਜਿਹੜਾ ਉਹਨਾਂ ਕੰਮ ਲਾ ਰੱਖਿਆ ਕਾਪੀ ਗੱਲ ਚਲੀ ਗਈ ਹੋਰ ਪਾਸੇ ਪਰ ਇਹ ਨਾ ਦੁਨੀਆਂ ਦਾ ਕੋਈ ਮੂੰਹ ਨਹੀਂ ਫੜ ਲੈਣਾ ਬਸ ਇੱਕ ਖਿਹੜਾ ਛਡਾਉਣ ਲਈ ਪਰ ਗੱਲ ਕੀ ਜੀ ਗੱਲ ਇਹ ਕਿ ਜਿਹੜੇ ਬੰਦੇ ਨੂੰ ਜਿਹੜੇ ਆਪਣੇ ਨਾ ਸਿਰਜਣਾ ਦੇ ਸੰਸਕਾਰ ਇਹਨੂੰ ਕਹਿ ਦਿੰਦੇ ਜਿਹੜਾ ਤੁਸੀਂ ਲਿਖ ਰਹੇ ਆ ਤੁਸੀਂ ਕਿੱਦਾਂ ਦਾ ਲਿਖਣਾ ਬੜੇ ਹੋ ਕੇ ਕੀ ਸਿਰਜਣਾ ਇਹ ਸਿਰਜਣਾ ਦੇ ਸੰਸਕਾਰ ਸਾਨੂੰ ਬਚਪਨ ਚੋਂ ਹੀ ਮਿਲ ਜਾਂਦੇ ਆ ਤੇ ਜਾਨੀ ਕਿ ਇਹਦੇ ਵਿੱਚ ਘਰ ਦਾ ਵਾਤਾਵਰਣ ਆ ਜਿਹੜਾ ਘਰ ਦਾ ਬੰਦਿਆਂ ਦਾ ਸੁਭਾਅ ਆ ਜਾਂ ਜਿੱਦਾਂ ਦੇ ਤਾਸ਼ ਦੇ ਪੱਤੇ ਉਹਨਾਂ ਦੇ ਹੱਥ ਚ ਆਏ ਆ ਉਹਦੇ ਨਾਲ ਉਹ ਕਿੱਦਾਂ ਖੇਲ ਰਹੇ ਆ ਜੀਵਨ ਦੀ ਨਾਲ ਉਹਦਾ ਅਸਰ ਬੰਦੇ ਤੇ ਬਹੁਤ ਪੈਂਦਾ ਇਹ ਇਹ ਪੈਂਦਾ ਅੱਗੇ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਪੁਰਾਣੇ ਲੋਕ ਰਿਸ਼ਤੇ ਜੋੜਦੇ ਸੀ ਉਹ ਤਾਂ ਹੀ ਘਰਾਣਾ ਦੇਖਦੇ ਸੀ ਘਰਾਣੇ ਦਾ ਮਤਲਬ ਇਹ ਸੀ ਵੀ ਇਹ ਪਰਿਵਾਰ ਕਿ ਹੋ ਜਾ ਜੇ ਪਰਿਵਾਰ ਚੰਗਾ ਤਾਂ ਇਹਦਾ ਮਤਲਬ ਬੱਚਾ ਚੰਗਾ ਹੋਊ ਉਹ ਸੋਚਦੇ ਸੀ ਹਾਂ ਹਾਂ ਚਾਂਸ ਉਹਦੇ ਬਾਅਦ ਜਾਂਦੇ ਆ ਨਾ ਉਹਦੇ ਉਹਨੂੰ ਜਿਹੜੀ ਪਰਪਰੇਸ਼ਨ ਜਿਹੜੀ ਮਨੁੱਖ ਦੀ ਉਹ ਦਾ ਬ੍ਰਾਂਡ ਹੈ ਅੱਜ ਕੱਲ ਵੀ ਕਹਿੰਦੇ ਆ ਨਾ ਗੁਰਵਿੰਦਰ ਵੀ ਜਿੱਦਾਂ ਹੁਣ ਉਹ ਇਦਾਂ ਕਹਿੰਦੇ ਆ ਵੀ ਦੇਖੋ ਜੀ ਜਿਹੜਾ ਬੰਦਾ ਅਨਪਾੜਿਆ ਉਹਦਾ ਨਿਆਣਾ 10 ਪੜਦਾ ਤੇ ਜਿਹੜਾ 10 ਪੜਿਆ ਉਹਦਾ ਨਿਆਣਾ ਬੀਏ ਕਰ ਜਾਂਦਾ ਜਿਹੜਾ ਬੀਏ ਪੜਿਆ ਉਹਦਾ ਨਿਆਣਾ ਐਮਏ ਉਮੇ ਕਰ ਜਾਂਦਾ ਜਿਨ੍ਹਾਂ ਦੇ ਐਮਏ ਮਾਂ ਬਾਪ ਆ ਉਹ ਬੱਚੇ ਪੀ ਐਚਡੀਆ ਕਰ ਰਹੇ ਆ ਅਨਪਾੜ ਮਾਂ ਬਾਪ ਦੇ ਬੱਚੇ ਨੂੰ ਪੀ ਐਚਡੀ ਕਰਨੀ ਕੋਈ 100 ਚੋਂ ਇੱਕ ਕਰਤਾ ਹੋਊਗਾ ਕੋਈ ਕਰਦਾ ਜੀ ਕਿਉਂਕਿ ਔਖਾ ਬਾਈ ਜੀ ਇਹ ਨਾ ਮੈਂ ਉਦੋਂ ਹਰਾਨੀ ਮੱਲੀ ਮੈਂ ਨਾ ਪਿਛਲੇ ਦਿਨੀ ਸਿੱਖ ਚਿੰਤਕ ਨੇ ਜਮੀਰ ਸਿੰਘ ਜਿਨ੍ਹਾਂ ਨੇ ਤਾਬਾਂ ਲਿਖੀਆਂ ਨੇ ਤੂਫਾਨਾਂ ਦਾ ਸ਼ਾਹਸਵਾਰ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਤਾਂ ਨੇ ਗੱਲਾਂ ਬਾਤਾਂ ਦੱਸੀਆਂ ਜਦੋਂ ਉਹ ਦੱਸਣ ਲੱਗੇ ਵੀ 1969 ਦੇ ਵਿੱਚ ਫਲਾਨੇ ਥਾਂ ਪੜ੍ਹਦੇ ਹੀ ਬੀਏ ਕਰਦੇ ਸੀ ਤਾਂ ਮੈਂ ਆਪਣੇ ਬਾਪੂ ਜੀ ਨੂੰ ਚਿੱਠੀ ਲਿਖੀ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਉਹ ਸਾਰੀਆਂ ਗੱਲਾਂ ਮੈਂ ਉਦੋਂ ਸੋਚ ਰਿਆ ਸੀ ਮੇਰੇ 1969 ਦੇ ਵਿੱਚ ਅਜਮੇਰ ਸਿੰਘ ਸਰਦਾਰ ਅਜਮੇਰ ਸਿੰਘ ਜੀ ਬੀਏ ਕਰਦੇ ਨੇ ਤਾਂ ਇਹਦਾ ਮਤਲਬ ਉਹਦਾ ਬਾਪੂ ਉਦੋਂ ਪਹਿਲਾਂ ਪੜਿਆ ਹੋਇਆ ਪੜਿਆ ਸੀ ਹਾਂ ਜਿਹਨੂੰ ਸੋਚੀ ਨਹੀਂ ਫਿਰ ਉਹ ਕੋਈ ਗੱਲ ਦੱਸਦੇ ਨੇ ਉਹਦੇ ਚੋ ਗੱਲ ਬਾਅਦ ਚ ਕਲੀਅਰ ਹੋ ਜਾਂਦੀ ਹੈ ਉਹ ਕਹਿੰਦੇ ਵੀ ਸਾਡੇ ਬਾਪੂ ਜੀ ਅਫਸਰ ਸੀ ਇਹਦਾ ਮਤਲਬ ਫਿਰ ਜੇ ਉਹਦਾ ਬਾਪੂ ਜੀ ਅਫਸਰ ਬਣ ਸਕਦਾ ਤਾਂ ਉਹਦੇ ਦਾਦਾ ਜੀ ਵੀ ਪੜੇ ਲਿਖੇ ਸੀ ਹਾਂ ਉਹੀ ਤਾਂ ਗੱਲ ਆ ਉਹ ਚੀਜ਼ ਦਾ ਅਸਰ ਪੈਣਾ ਹੀ ਪੈਣਾ ਉਹ ਬੰਦੇ ਐਜੂਕੇਸ਼ਨ ਵੱਲ ਨੂੰ ਜਾਂਦੇ ਹੀ ਜਾਂਦੇ ਰਹੇ ਕਿ ਇਹਨਾਂ ਦੇ ਪਰਿਵਾਰ ਚ ਪਹਿਲਾਂ ਇਹ ਚੀਜ਼ ਦੀ ਸੋਝੀ ਆ ਮੈਂ ਸੋਚਦਾ ਹੁੰਦਾ ਕਿ ਪੰਤਾਂਜਲੀ ਨੇ ਦੇਖੋ ਸੰਸਕ੍ਰਿਤ ਦੀ ਵਿਆਕਰਣ 5ਵੀਂ ਸਦੀ ਚ ਲਿਖੀ ਤੇ ਸੰਸਕ੍ਰਿਤ ਦੀ ਵਿਆਕਰਣ ਬਹੁਤ ਔਖੀ ਪਰ ਚੱਲ ਚਲੋ ਸ ਉਹਦੇ ਵਿੱਚ ਵੀ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਕਿੰਨੀਆਂ ਚੀਜ਼ਾਂ ਆ ਇੰਗਲਿਸ਼ ਦੀ ਗ੍ਰਾਮਰ ਜਿਹੜੀ ਆ ਟੈਂਸ ਕੀ ਆ ਜੇ ਕੀ ਆ ਕਿੰਨਾ ਕੁਸ਼ ਹੈ ਇਹਦੇ ਵਿੱਚ ਤੇ ਸਾਡੀ ਤਾਂ ਮਾਨ ਪੜਿਆ ਤੇ ਉਹ 5ਵੀਂ ਸਦੀ ਦੇ ਵਿੱਚ ਉਹਨੂੰ ਭਾਸ਼ਾ ਹੀ ਨਹੀਂ ਆਂਦੀ ਉਹਨੇ ਉਹਦੀ ਵਿਆਕਰਣ ਵੀ ਲਿਖਦੀ ਤੇ ਉਹ ਕਿੰਨਾ ਪੜੇ ਉਹਦੇ ਮਾਪੇ ਪਿੱਛੇ ਕਿੰਨੇ ਪੜੇ ਹੋਊਗੇ ਹਾਂ ਉਹ ਕਿੱਡੀ ਸੋਝੀ ਹੋਊਗੀ ਉਹਨਾਂ ਨੂੰ ਇਸ ਚੀਜ਼ ਦੀ ਹਾਂ ਉਸ ਘਰ ਦਾ ਕਲਚਰ ਕੀ ਹੋਊਗਾ ਜਿਨ੍ਹਾਂ ਨੇ ਪਹਿਲਾਂ ਤਾਂ ਇਹੀ ਉਦੋਂ ਦੱਸਿਆ ਹੋਊ ਕਿ ਭਾਸ਼ਾ ਕੀ ਹੁੰਦੀ ਆ ਅਈਦਾ ਆਪ ਤੋਂ ਤੇ ਇਹ ਨਹੀਂ ਨਾ ਪਤਾ ਭਾਸ਼ਾ ਕੀ ਹੁੰਦੀ ਆ ਯਾਨੀ ਕਿ ਜੀ ਦੁਨੀਆ ਦੇ ਵਿੱਚ ਨਾ ਗਿਆਨ ਦਾ ਵੀ ਕੋਈ ਐਂਡ ਨਹੀਂ ਹੈਗਾ ਕਈ ਵਾਰੀ ਨਾ ਕਈ ਲਫ਼ਜ਼ ਹਾਂਜੀ ਮੈਨੂੰ ਲੱਗਦਾ ਪਛਾਵਾਂ ਨੂੰ ਦੁਨੀਆ ਦੇ ਖਿੱਤਿਆਂ ਨੂੰ ਔਮਾ ਜਾਤਾਂ ਧਰਮਾਂ ਦੇ ਦਾਇਰਿਆਂ ਨੂੰ ਤੋੜ ਕੇ ਮੈਨੂੰ ਲੱਗਦਾ ਕਈ ਲਫ਼ਜ਼ ਸੱਚੀ ਚ ਦੁਨੀਆ ਦੇ ਲਫ਼ਜ਼ ਬਣ ਗਏ ਜਿਵੇਂ ਜੈਸ ਲਫ਼ਜ਼ ਆ ਏ ਮੈਨੂੰ ਲੱਗਦਾ ਮੈਂ ਇਹ ਮੈਂ ਚੈੱਕ ਕਿੱਥੋਂ ਹੋਇਆ ਮੈਨੂੰ ਇੰਗਲਿਸ਼ ਵਾਲੀ ਨਹੀਂ ਆਉਂਦੀ ਬਾਈ ਹੈ ਨਾ ਤਾਂ ਮੈਂ ਜਦੋਂ ਕੋਈ ਚੰਗੀ ਵੈਬ ਸੀਰੀਜ਼ ਆਉਂਦੀ ਜਾਂ ਕੋਈ ਚੰਗੀ ਫਿਲਮ ਆਉਂਣ ਲੈਂਦੇ ਆ ਵੀ ਯਾਰ ਹਾਲੀਵੁੱਡ ਦੀ ਆਈ ਜਾਂ ਕੋਈ ਜਿਵੇਂ ਹੁਣ ਲੇਟੈਸਟ ਆਹ ਵੈਬ ਸੀਰੀਜ਼ ਆਈ ਮਨੀ ਹੇਸਟਿੰਗ ਤਾਂ ਇਹ ਮੈਂ ਹਿੰਦੀ ਚ ਉਹ ਹੁਣ ਸਬਟਾਈਟਲ ਨਾਲ ਆ ਜਾਂਦੀ ਹੈ ਜਾਂ ਹਿੰਦੀ ਚ ਹੋ ਕੇ ਉਹ ਦੇਖੀ ਜਾਂਦੀ ਹੈ ਤਾਂ ਉਹ ਜਦੋਂ ਮੈਂ 2 ਕਿ ਸਾਲ 3 ਸਾਲ ਪਹਿਲਾਂ ਇਹ ਦੇਖਣਾ ਸ਼ੁਰੂ ਕੀਤੀਆਂ ਹਨ ਡੱਬ ਫਿਲਮਾਂ ਲਈ ਜਾਂ ਹਿੰਦੀ ਇਹ ਤਾਂ ਉਹਨਾਂ ਦੇ ਵਿੱਚ ਜਿਵੇਂ ਸਾਰੀ ਚੀਜ਼ ਡੱਬ ਹੈ ਜਦੋਂ ਉਹ ਕਹਿੰਦਾ ਵੀ ਅ ਵੀਰ ਕਮਿੰਗ ਤਾਂ ਅਸੀਂ ਆ ਰਹੇ ਹਾਂ ਤਾਂ ਉਹ ਵੀ ਉਹ ਹਿੰਦੀ ਚ ਬੋਲਦੇ ਆ ਕਹਿੰਦੇ ਅਸੀਂ ਆ ਰਹੇ ਹਾਂ ਹਾਂਜੀ ਪਰ ਜਦੋਂ ਗੱਲ ਹੁੰਦੀ ਹੈ ਵੀ ਹਾਂ ਤਾਂ ਉੱਥੇ ਉਹ ਹਿੰਦੀ ਚ ਵੀ ਯੈਸ ਹੀ ਵਰਤਦੇ ਆ ਹਾਂ ਹਾਂ ਵੀ ਜਿਸ ਨੂੰ ਉਹ ਪੰਜਾਬੀ ਚ ਕਰਕੇ ਨਹੀਂ ਦੱਸਦੇ ਹਾਂਜੀ ਹਾਂਜੀ ਜਾਂ ਜਦੋਂ ਹੈਲੋ ਕਹਿੰਦਾ ਤਾਂ ਹੈਲੋ ਨੂੰ ਪੰਜਾਬੀ ਜੀ ਕਰਕੇ ਨਹੀਂ ਦੱਸਦੇ ਹੈਨਾ ਤਾਂ ਮੈਨੂੰ ਲੱਗੇ ਵੀ ਯਰ ਜੈਸ ਵਰਗੇ ਲਫ਼ਜ਼ ਲਵ ਯੂ ਨੂੰ ਉਹ ਕਹਿੰਦੇ ਆ ਤਾਂ ਉਹ ਆਏ ਨਹੀਂ ਕਹਿੰਦੇ ਮੈਂ ਤੈਨੂੰ ਪਿਆਰ ਕਰਦਾ ਜਦੋਂ ਸਾਰੀ ਫਿਲਮ ਉਹ ਹਿੰਦੀ ਚ ਬੋਲ ਰਹੇ ਆ ਡਬ ਕੀਤੀ ਆ ਉਹਨਾਂ ਨੇ ਤਾਂ ਫਿਰ ਉਹਨਾਂ ਨੂੰ ਉਹ ਵੀ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਪਰ ਉਹਨਾਂ ਨੂੰ ਪਤਾ ਪਈ ਇਹ ਹਰੇਕ ਨੂੰ ਪਤਾ ਇਹਦੇ ਵਿੱਚ ਦੋ ਗੱਲਾਂ ਆ ਉੱਤਾਂ ਜੀ ਇੱਕ ਤਾਂ ਇਹ ਗੱਲ ਆ ਵੀ ਉਸ ਮਸਲੇ 'ਚ ਆਪਾਂ ਪੈਣਾ ਨਹੀਂ ਕਿ ਉਹ ਫਿਰ ਗੱਲ ਲੰਬੀ ਹੋ ਜਾਣੀ ਬਹੁਤ ਇਹ ਸੋਸ਼ੀਓ ਇਕਨੋਮਿਕਸ ਆ ਦੁਨੀਆ ਦੇ ਜਿਹੜੇ ਇੰਗਲਿਸ਼ ਕੰਟਰੀਆਂ ਉਹ ਹੈਗੀਆਂ ਅਮੀਰ ਅਮਰੀਕਾ ਤੇ ਇੰਗਲੈਂਡ ਹਾਂਜੀ ਇਹਨਾਂ ਨੇ ਆਪਣੀ ਜ਼ੁਬਾਨ ਸਾਰੀ ਦੁਨੀਆ ਤੇ ਠੋਸ ਦਿੱਤੀ ਹਾਂਜੀ ਬਾਈ ਹਾਂਜੀ ਬਾਈ ਪਰ ਇਸ ਵਿਸ਼ੇ 'ਚ ਆਪਾਂ ਪੜਨਾ ਨਹੀਂ ਪਰ ਮੈਂ ਤੁਹਾਨੂੰ ਇੱਕ ਹੋਰ ਉਦਾਸ਼ਕਲ ਦੀ ਗੱਲ ਦੱਸ ਦਿੰਦਾ ਉਹ ਇਹ ਆ ਕਿ ਜਦੋਂ ਨਾ ਆਪਾਂ ਧਾਰਮਿਕ ਪ੍ਰੋਗਰਾਮ ਤੇ ਵੀ ਕਿਤੇ ਸਾਊਂਡ ਚੈੱਕ ਕਰਦੇ ਹਾਂ ਤਾਂ ਕਈ ਵਾਰੀ ਦੇਖਿਆ ਕਿ ਪਾਠੀ ਸਿੰਘ ਵੀ ਕਰਦੇ ਹੁੰਦੇ ਆ ਹੈਲੋ ਹੈਲੋ ਸਾਊਂਡ ਚੈੱਕ ਹੈਲੋ ਹਾਂਜੀ ਕਈ ਤਾਂ ਕਹਿ ਲੈਂਦੇ ਆ ਵਾਹਿਗੁਰੂ ਵੀ ਕਹਿ ਲੈਂਦੇ ਆ ਤੇ ਚਲੋ ਹੋਰ ਵੀ ਕੁਝ ਵੀ ਕਹਿ ਲੈਣਾ ਚਾਹੀਦਾ ਪਰ ਹੈਲੋ ਹੈਲੋ ਕਹਿੰਦੇ ਆ ਕਿਉਂਕਿ ਫੋਨ ਤੇ ਲੋਕ ਹੈਲੋ ਕਹਿੰਦੇ ਆ ਪਰ ਜਿਸ ਬੰਦੇ ਨੇ ਟੈਲੀਫੋਨ ਬਣਾਇਆ ਸੀ ਕਹਿੰਦਾ ਅਲੈਗਜ਼ੈਂਡਰ ਗ੍ਰੈਮ ਨੇ ਉਹਨਾਂ ਨੇ ਸੋਚਿਆ ਕਹਿੰਦੇ ਪਹਿਲਾ ਫੋਨ ਕਾਲ ਆਪਾਂ ਇਹ ਫਿੱਟ ਕਰ ਦਿੱਤਾ ਆ ਤੇ ਇਹ ਪਹਿਲਾ ਰਾਸ਼ਟਰਪਤੀ ਨਾਲ ਗੱਲ ਕਰਨੀ ਆ ਤੇ ਜਿਹੜਾ ਅਲੈਗਜ਼ੈਂਡਰ ਸੀਗਾ ਉਹ ਕਹਿੰਦਾ ਸੀਗਾ ਕਿ ਫੋਨ ਚੱਕ ਕੇ ਬੰਦਾ ਕੀ ਕਹੇ ਤੇ ਉਹ ਕਹਿੰਦਾ ਵੀ ਅਹੋਏ ਕਹਿਣਾ ਚਾਹੀਦਾ ਸਾਨੂੰ ਓਏ ਜਾਨਕਿ ਉਹ ਅਹੋਏ ਇੰਗਲਿਸ਼ ਦਾ ਓਏ ਹੁੰਦਾ ਉਹਦਾ ਜਿਹੜਾ ਸਹੁਰਾ ਸੀਗਾ ਤੇ ਉਹਨਾਂ ਦਾ ਇੱਕ ਹੋਰ ਬੰਦਾ ਸੀਗਾ ਉਹ ਕਹਿੰਦੇ ਜਾ ਰਹੇ ਓਏ ਥੋੜਾ ਜਨਾ ਜਿੱਦਾਂ ਗਵਾਰਜੀ ਬੋਲੀ ਲੱਗਦੀ ਪਾਇਰੇਟ ਲੋਕ ਬਹੁਤ ਕਹਿੰਦੇ ਆ ਛਿਪਸਾ ਹੋਏ ਵਗੈਰਾ ਛਿਪਾ ਵਾਲੇ ਵਰਤਦੇ ਆ ਹਾਂਜੀ ਤੇ ਕੋਈ ਹੋਰ ਲਫ਼ਜ਼ ਲੱਭਦੇ ਆ ਕਹਿੰਦੇ ਇੱਕ ਉਹਨਾਂ ਦੇ ਬੰਦਾ ਕੰਮ ਕਰਦਾ ਸੀ ਮੈਨੂੰ ਹੁਣ ਉਹਦਾ ਨਾਂ ਨਹੀਂ ਚੇਤਾ ਤਾਂ ਉਹਨੇ ਹੈਲੋ ਸ਼ਬਦ ਲੱਭਿਆ ਤੇ ਕਹਿੰਦੇ ਇਹਦੀ ਵਰਤੋਂ ਨਹੀਂ ਹੁੰਦੀ ਉਦੋਂ ਬਹੁਤਾ ਸੋਸਾਇਟੀ ਦੇ ਵਿੱਚ ਤੇ ਉਹ ਕਹਿੰਦਾ ਹੈਲੋ ਕਹੋ ਤੇ ਫਿਰ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਵੀ ਦੱਸਿਆ ਤੇ ਫਿਰ ਤੁਸੀਂ ਫੋਨ ਚੱਕ ਕੇ ਪਹਿਲਾਂ ਹੈਲੋ ਕਹਿਣਾ ਕਿ ਦੇਖ ਲਓ ਉਸ ਵਕਤੇ ਕਮਰੇ ਦੇ ਵਿੱਚ ਉਹ ਗੱਲਬਾਤ ਹੋਈ ਤੇ ਉਹਨਾਂ ਨੇ ਦੋਵਾਂ ਬੰਦਿਆਂ ਨੇ ਸਲਾਹ ਕਰ ਲਈ ਤੇ ਹੁਣ ਸਾਰੀ ਦੁਨੀਆ ਹੈਲੋ ਹੈਲੋ ਕਰਦੀ ਫਿਰਦੀ ਹੈ ਸਹੀ ਗੱਲਾਂ ਵੱਡੇ ਭਾਈ ਜਾਨੀ ਕਿ ਹੁਣ ਉਹ ਤਾਂ ਆਪਣੇ ਦੋਸਤ ਸੀਗੇ ਹਨ ਉਹਨਾਂ ਨੇ ਤਿਆਰ ਕੀਤੀ ਚੀਜ਼ ਜੀ ਪਤਾ ਨਹੀਂ ਕਿੱਡੇ ਥਾਂ ਤੇ ਚਲੀ ਜਾਣੀ ਆ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਪਰ ਮੈਨੂੰ ਇਹ ਜ਼ਰੂਰ ਬਾਈ ਮੇਰੇ ਮਨ ਚ ਰਹਿੰਦਾ ਵੀ ਪੰਜਾਬੀ ਦਾ ਚਾਹ ਇੱਕ ਲਫ਼ਜ਼ ਜੀ ਦੁਨੀਆ ਤੇ ਚਲਿਆ ਜਾਵੇ ਯਸ ਵਾਂਗੂ ਜਾਂ ਲਵ ਵਾਂਗੂ ਜਾਂ ਹੈਲੋ ਵਾਂਗੂ ਵੀ ਉਹ ਪਛਾਹਮਾਂ ਦੇ ਦਾਇਰੇ ਦੁਨੀਆ ਦੇ ਸਮਾਜ ਦੇ ਜਾਤਾਂ ਧਰਮਾਂ ਦੇ ਦਾਇਰੇ ਪਾਰ ਕਰ ਦੇ ਮੈਨੂੰ ਇਹ ਗੱਲ ਵੱਡੀ ਲੱਗਦੀ ਆ ਵੀ ਠੀਕ ਆ ਉਹਨਾਂ ਨੇ ਚਾਹ ਪਾ ਜਾ ਥੋਸੀ ਥੋਪਤੀ ਕੁਛ ਵੀ ਕੀਤਾ ਪਰ ਹੈਲੋ ਯੈਸ ਤੇ ਲਫ਼ਜ਼ ਅੱਜ ਇੰਗਲਿਸ਼ ਦੇ ਲਫ਼ਜ਼ ਨਹੀਂ ਰਹਿ ਗਏ ਉਹ ਦੁਨੀਆ ਦੇ ਲਫ਼ਜ਼ ਬਣ ਗਏ ਹਾਂਜੀ 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 ਉਹਨਾਂ ਨੇ ਸਭ ਕੁਝ ਕ੍ਰੋਸ ਕਰ ਪਰ ਜਿਹੜੀ ਪੰਜਾਬੀ ਆ ਇਹ ਇੰਡੋ-ਯੂਰਪੀਅਨ ਪਛਾਹਮਾ ਦੇ ਵਿੱਚ ਆ ਜਾਂਦੀ ਆ ਠੀਕ ਹੈ ਬਾਈ ਇਹ ਜਿਹੜੀਆਂ ਸਾਰੀਆਂ ਪਛਾਹਮਾ ਆ ਇਹਦੇ ਵਿੱਚ ਇੰਗਲਿਸ਼ ਵੀ ਇਹਦੇ ਵਿੱਚ ਹੀ ਆ ਜਾਂਦੀ ਜਦੋਂ ਪਛਾਹਮਾ ਦੇ ਪਰਿਵਾਰ ਬਣਾਣੇ ਹਨਾ ਹਾਂਜੀ ਇਹਦੇ ਹੰਦੇ ਵਿੱਚ ਬਹੁਤ ਸਾਰੀਆਂ ਸਾਂਝੀਆਂ ਗੱਲਾਂ ਆ ਉਹ ਇਦਾਂ ਵੀ ਜੇ ਹੁਣ ਅਸੀਂ ਪਿਓ ਕਹਿਣਾ ਜਿੰਨੀਆਂ ਇੰਡੋਜੋਰਪੀਆਂ ਨੂੰ ਪਛਾਣਾ ਆਇਆ ਨਾ ਵਿੱਚ ਜਿਹੜਾ ਬਾਪ ਲਈ ਲਫ਼ਜ਼ ਆ ਉਹ ਸਾਰੇ ਪੀ ਨਾਲੇ ਸ਼ੁਰੂ ਹੁੰਦੇ ਪੱਪੇ ਨਾਲੇ ਠੀਕ ਹੈ ਜੀ ਕਿਸੇ ਚ ਪਿਓ ਕਹਿੰਦੇ ਕਿਸੇ ਚ ਪਿਤਾ ਕਹਿੰਦੇ ਕਿਸੇ ਚ ਪਾ ਕਹਿੰਦੇ ਕਿਸੇ ਚ ਪਾਪਾ ਕਹਿੰਦੇ ਕਿਸੇ ਚ ਇਦਾਂ ਠੀਕ ਹੈ ਜੀ ਜਿਹੜਾ ਪਾਦਰੀ ਲਫ਼ਜ਼ ਆ ਪਾਦਰੀ ਦਾ ਵੀ ਜਣ ਕੇ ਅਸਲੀ ਹੁਣ ਇੰਗਲਿਸ਼ ਦੇ ਵਿੱਚ ਜਿਹੜਾ ਫਾਦਰ ਬਣਿਆ ਨਾ ਹਾਂਜੀ ਉਹ ਪਾਦਰੇ ਦਾ ਹੀ ਪ੍ਰੋਨਨਸੀਏਸ਼ਨ ਉਹਦੇ ਵਿੱਚ ਐਚ ਜੋੜ ਕੇ ਬਣਿਆ ਇਸੇ ਤਰੀਕੇ ਨਾਲ ਜਿਹੜੇ ਮਾਂ ਦੇ ਸ਼ਬਦ ਆ ਉਹ ਸਾਰੇ ਮ ਠੀਕ ਹੈ ਜੀ ਇਹਨਾਂ ਸਾਰੀਆਂ ਪਛਾਹਮਾਂ ਦੇ ਵਿੱਚ ਮਦਰ ਵੀ ਉੱਥੇ ਹੀ ਰਹਿ ਗਿਆ ਤੇ ਸਾਡੇ ਹੁਣ ਤੁਸੀਂ ਦੇਖੋ ਵੀ ਜਦੋਂ ਅਸੀਂ ਕਹਿੰਦੇ ਆਂ ਬਈ ਇੰਗਲਿਸ਼ ਦੇ ਵਿੱਚ ਬ੍ਰਦਰ ਆ ਭਰਾ ਬਈ ਸਾਡੇ ਤਾਂ ਹੈ ਨਹੀਂ ਇਹ ਪਰ ਅਸੀਂ ਇਹਨੂੰ ਵਰਤਦੇ ਆਂ ਜਦੋਂ ਅਸੀਂ ਬਰਾਦਰੀ ਕਹਿੰਦੇ ਆਂ ਉਹ ਬ੍ਰਦਰਹੁੱਡ ਤੋਂ ਹੀ ਬਣ ਗਿਆ ਬਰਾਦਰੀ ਉੱਥੇ ਹੀ ਆ ਗਈ ਗੱਲ ਨਾ ਹਾਂਜੀ ਹਾਂਜੀ ਉੱਥੇ ਹੀ ਆ ਗਈ ਗੱਲ ਹਾਂ ਤੇ ਹੁਣ ਦੇਖੋ ਡਾਟਰ ਇੰਗਲਿਸ਼ ਵਿੱਚ ਕਹਿੰਦੇ ਦੁਖਤਰ ਕਹਿੰਦੇ ਆਂ ਉਰਦੂ ਦੇ ਵਿੱਚ ਹਾਂਜੀ ਸਹੀ ਆ ਪਰ ਜੇ ਅਸੀਂ ਆਪਣੀ ਭਾਸ਼ਾ ਵਰਤੀਏ ਆਪਣਾ ਕੀਬੋਰਡ ਵਰਤੀਏ ਤੇ ਉਹਦੇ ਨਾਲੇ ਪਰਚੇ ਅਸੀਂ ਨਾ ਪ੍ਰਚਾਰ ਕਰਾਂਗੇ ਤਾਂ ਹੋਰ ਕੌਣ ਕਰੂ ਜੀ ਹਾਂ ਫੇਰ ਹੋਰ ਫੇਰ ਕੌਣ ਕਰੂਗਾ ਜੀ ਫੇਰ ਮੈਂ ਨਾ ਕਈ ਵਾਰੀ ਜਿਆਦਾ ਤੁਸੀਂ ਵੀ ਬਹੁਤ ਪੰਜਾਬੀ ਬਾਈ ਲਿਖ ਕੇ ਭੇਜਦੇ ਹੋ ਤਾਂ ਮੈਂ ਜਿਹੜੇ ਆਉਦੇ ਗਾਣੇ ਲਿਖਦਾ ਤੇ ਟਾਈਪ ਕਰਦਾ ਫੋਨ 'ਚ ਅੱਜ ਕੱਲ ਜਾਂ ਕਹਾਣੀਆਂ ਲਿਖਦਾ ਫਿਲਮਾਂ ਦੀਆਂ ਤਾਂ ਮੈਂ ਪੰਜਾਬੀ 'ਚ ਉਹ ਟਾਈਪ ਕਰਦਾ ਕਈ ਬੰਦੇ ਹੈਰਾਨੀ ਮਨਿੰਦੇ ਬਾਈ ਯਾਰ ਪੰਜਾਬੀ 'ਚ ਕਿਵੇਂ ਤਾਂ ਪਰ ਇਹ ਕੱਲ ਔਖੀ ਨਹੀਂ ਮੇਰਾ ਆਪਣੀ ਅੱਜ ਦੋਨਾਂ ਬਾਈ ਗੱਲਬਾਤ ਕਰਨ 'ਚ ਇਹ ਕਹਿਣ ਦਾ ਮਤਲਬ ਇਹੀ ਹੈ ਦੇਖਣ ਵਾਲਾ ਬੜਾ ਹੈਰਾਨ ਜਾਂਦਾ ਬਾਈ ਪੰਜਾਬੀ 'ਚ ਕਿਵੇਂ ਲਿਖ ਲੈਣਾ ਕਿਉਂਕਿ ਉਹਨਾਂ ਨੇ ਕਦੇ ਇੱਕ ਵਾਰੀ ਜਾਂਦਾ ਖੋਲ ਕੇ ਨੇ ਦੇਖਿਆ ਜੇ ਦੇਖਿਆ ਤਾਂ ਉਹਨਾਂ ਨੂੰ ਸਿਹਾਰੀ ਬਿਹਾਰੀ 1 2 ਸੈਕਿੰਡ ਲੱਭੀ ਨਹੀਂ ਤਾਂ ਉਹਨਾਂ ਨੂੰ ਇਹ ਲੱਗਿਆ ਇਹ ਔਖਾ ਕੰਮ ਹੈ ਔਖਾ ਕੰਮ ਹੈ ਹਾਲਾਂਕਿ ਹੁਣ ਮੇਰਾ ਹੱਥ ਇੰਨਾ ਟਿਕ ਗਿਆ ਜਾਂ ਥੋੜਾ ਇੰਨਾ ਟਿਕਿਆ ਹੋਇਆ ਤਾਂ ਆਪਾਂ ਮੈਨੂੰ ਤਾਂ ਹੁਣ ਉਮੀ ਹੀ ਹੋ ਗਿਆ ਵੀ ਮੇਰਾ ਨਿਗਾ ਕਿਤੇ ਹੋਰ ਵੀ ਹੋਵੇ ਤਾਂ ਵੀ ਸਿਹਰੀ-ਵੇਰੀ ਆਪੇ ਪੈ ਜਾਂਦੀ ਹੈ ਹਾਂਜੀ ਹਾਂਜੀ ਪੈ ਜਾਂਦੀ ਹੈ ਅੱਛਾ ਏਬੀਸੀ ਦਾ ਕੀਬੋਰਡ ਕਿਹੜਾ ਆਪਾਂ ਪਹਿਲੇ ਦਿਨੋਂ ਹੀ ਜਦੋਂ ਫੋਨ ਆਇਆ ਹੋਊਗਾ ਏਬੀਸੀ ਦਾ ਕੀਬੋਰਡ ਛੋਟਾ ਬਟਨਾਂ ਵਾਲੇ ਫੋਨ ਸੀੜੀ ਆ ਉਹ ਲੱਭਦੇ ਹੀ ਸੀਗੇ ਵੀ ਆਹੋ ਲੱਭ ਕੇ ਮੈਂ 8ਵੀਂ ਚ ਪੜਦਾ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰਦਿਆਂ ਨੂੰ ਕਿਹਾ ਮੈਂ ਕਿਹਾ ਮੈਂ ਟਾਈਪ ਦੇ ਲੈਸਨ ਲੈਣੇ ਆ ਹਾਂਜੀ ਤੇ ਉਹ ਕਹਿੰਦੇ ਕਹਿੰਦੇ ਤੈਨੂੰ ਕਿਤੇ ਕਲਰਕ ਲੱਗਣਾ ਮੈਂ ਕਿਹਾ ਨਹੀਂ ਮੈਂ ਤਾਂ ਟਾਈਪ ਦੇ ਲੈ ਮੇਰੇ ਮਨ ਚ ਬੜਾ ਸਗਾ ਇਹ ਅੱਛਾ ਜੀ ਸਾਡੇ ਸਕੂਲ ਦੇ ਮੋਹਰੇ ਇੱਕ ਹੁੰਦਾ ਸੀਗਾ ਟਾਈਪ ਦੀ ਦੁਕਾਨ ਹੁੰਦੀ ਸੀ ਉਹ ਬਸ ਉਹ ਕੋਈ ਕੰਮ ਉਹਦਾ ਹੁੰਦਾ ਸੀਗਾ ਹੋਰ ਉਹ ਤੋਂ ਕੋਈ ਨਹੀਂ ਸੀ ਟਾਈਪ ਕਰਵਾਉਂਦਾ ਜਿੰਨ ਵੀ ਥਾਣੇ ਰਿਪੋਰਟ ਦੇਣੀ ਉਹ ਤੋਂ ਟਾਈਪ ਕਰਵਾ ਕੇ ਲੈ ਜਾਣੇ ਲੜਾਈ ਕਲੇਸ਼ 25 26 ਉਹ ਹੀ ਲਵਾਉਂਦਾ ਸੀ ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਟਾਈਪ ਸਿੱਖਣੀ ਆ ਕੰਦਾ ਸਿੱਖ ਲੈ ਉਹਨ ਮੈਨੂੰ ਪਹਿਲਾ ਲੈਸਨ ਦਿੱਤਾ A H D F G F ਸੈਮੀ ਕੋਲਨ ਲ ਕੇ J H J ਹਾਂਜੀ ਉਹ ਬਈ ਬਸ ਉਹੀ ਆਪਾਂ ਕਹਿ ਰਹੇ ਹਾਂ ਜਤਨ ਨਿਯਮਕ ਆਪਾਂ ਨੂੰ ਵੈਸੇ ਹੀ ਲੱਗਦਾ ਓੱਖਾ ਪੰਜਾਬੀ ਵਾਲੀ ਤੇ ਇੱਕ ਤਾਂ ਆਪਣੀ ਭਾਸ਼ਾ ਆਪਣੀ ਭਾਸ਼ਾ ਅੰਦਰ ਆ ਹਾਂ ਅੰਦਰ ਆ ਜਦੋਂ ਅੰਦਰ ਆ ਤੇ ਉਹ ਤਾਂ ਅੰਗਰੇਜ਼ੀ ਦੇ ਕੀਬੋਰਡ ਨਾਲ ਉਹ ਪੰਜਾਬੀ ਵਾਲਾ ਕੀਬੋਰਡ ਬੰਦਾ ਛੇਤੀ ਸਿੱਖਦਾ ਬਹੁਤ ਛੇਤੀ ਆ ਮਨ ਚਾਹੀਦਾ ਬੰਦੇ ਦਾ ਬਸ ਇੱਛਾ ਚਾਹੀਦੀ ਆ ਇੱਛਾ ਇੱਛਾ ਤੇ ਮੈਂ ਤੁਹਾਨੂੰ ਮੈਂ ਗੱਲ ਸੁਣਾਉਂਦਾ ਇੱਛਾ ਸ਼ਕਤੀ ਬਹੁਤ ਕੁਝ ਕਰਾਦੀ ਆ ਨਾ ਹਾਂਜੀ ਇੱਛਾ ਇੰਨਾ ਵੀ ਇੱਛਾ ਕਈ ਵਾਰੀ ੱੱਕੇ ਨਾ ਬਣਾਉਣੀ ਪੈਂਦੀ ਆ ਜਿਵੇਂ ਸਰਤਾਜ ਬਾਈ ਦਾ ਗਾਣਾ ਵੀ ਚਾਰ ਤਰੀਕਿਆਂ ਨਾਲ ਬੰਦਾ ਕਰੇ ਕੰਮ ਲਾਲਚ ਜਾਂ ਡੰਡੇ ਨਾਲ ਹਾਂ ਤਾਂ ਉਹ ਜਾ ਇੱਛਾ ਸ਼ਕਤੀ ਡੰਡੇ ਨਾਲ ਵੀ ਤਿਆਰ ਕੀਤੀ ਜਾਂਦੀ ਆ ਡਰਨਾ ਵੀ ਕਲੇਸ਼ ਦੇ ਡਰਨਾ ਵੀ ਮੈਂ ਗੱਲ ਯਾਦ ਆ ਗਈ ਵੀ ਇੱਛਾ ਕਿਵੇਂ ਪੈਦਾ ਹੁੰਦੀ ਬੰਦੇ ਦੀ ਇੱਕ ਨਾ ਬੰਦਾ ਮਿਸਤਰੀ ਸੀਗਾ ਜੀ ਤੇ ਉਹ ਘਰ ਬਣਾਉਂਦਾ ਸੀ ਤੇ ਉਹ ਰੋਜ਼ ਯਾਨੀ ਕਿ ਤੀਜੇ ਪਿੰਡ ਜਾ ਕੇ ਕੰਮ ਕਰਦਾ ਸੀ ਕੋਠੀ ਪਾਉਂਦਾ ਸੀ ਕਿਸੇ ਦੀ ਖਿਆਲ ਦੇ ਦਿਨ ਸੀ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਲੱਕੜਾਂ ਲਿਆ ਦੇ ਕਿਤੋਂ ਬਾਲਣ ਲਿਆ ਦੇ ਪਾਣੀ ਠੰਡਾ ਹੁੰਦਾ ਜਵਾਗ ਠੰਡੇ ਪਾਣੀ ਨਾਲ ਆ ਕੇ ਸਕੂਲ ਜਾਂਦੇ ਆ ਤੇ ਮਰ ਜਾਣਗੇ ਨਿਆਣੇ ਨਮੂਣੀਆਂ ਹੋ ਜੂ ਤੇ ਉਹ ਬਾਈ ਤੜਕੇ ਸਦਿਆਂ ਕੰਮ ਤੇ ਉੱਠ ਜਾ ਕਰੇ ਰਾਤ ਨੂੰ ਮੁੜਿਆ ਕਰੇ ਭੁੱਲ ਜਾਇਆ ਕਰੇ ਗੱਲ ਗੌਲੇ ਨਾ ਕਰੇ ਤੇ ਇੱਕ ਸੇ ਉਹਦੇ ਘਰ ਆ ਕੇ ਕਹਦਾ ਵੀ ਮੈਂ ਤੈਨੂੰ ਘਰੋਂ ਕੱਢ ਦੂੰ ਜਾਂ ਰੋਟੀ ਨਹੀਂ ਦੇਣੀ ਜੇ ਤੂੰ ਨਾ ਆਇਆ। ਇੱਛਾ ਉਹਦੇ ਘਰ ਵਾਲੀ ਨੇ ਉਹਦੀ ਜਗਾਤੀ ਤੇ ਨਾਲ ਉਹਨੂੰ ਪੂਰਾ ਤਰੀਕੇ ਨਾਲ ਦੱਸਤਾ ਵੀ ਤੇਰੇ ਜਵਾਕਾਂ ਨੇ ਮਰ ਜਾਣਾ ਠੰਡ ਨਾਲ ਨਮੂੜੀਆਂ ਹੋ ਜਾਣਾ ਠੰਡ ਬਹੁਤ ਆ ਤੇ ਬਾਲਣ ਲੈ ਕੇ ਆ ਜੋ ਮਰ ਜੀਗਾ। ਤਾਂ ਉਹਨੇ ਹੁਣ ਆਪਦੇ ਨਾਲ ਦੇ ਨੂੰ ਕਹਿਤਾ ਤੜਕੇ ਜੋ ਸਕੂਟਰ ਤੇ ਚੜਿਆ ਕਹਿੰਦਾ ਲੈ ਅੱਜ ਯਾਦ ਰੱਖੀ ਜਦੋਂ ਵਿਛਾਲ ਲੈਣ ਲਈ ਪਿੰਡ ਆਏ ਕਹਿੰਦਾ ਇੱਥੇ ਆ ਕੇ ਮੇਰੇ ਯਾਦ ਕਰਾ ਦੀ ਤੇ ਆਪਾਂ ਅੱਜ ਇੱਕ ਵਾਕਾ ਕਰਨਾ ਹਾਂ ਉਹ ਕਹਿੰਦਾ ਠੀਕ ਹੈ ਜੋ ਛਾ ਉਹਨੂੰ ਊੜੇ ਤੇ ਦੂਜੇ ਪਿੰਡ ਆ ਗਏ ਜਿਹੜਾ ਵਿਚਾਲੇ ਪਿੰਡ ਸੀ ਨਾਲ ਦਾ ਉਹਦੇ ਕਹਿੰਦਾ ਕਹਿੰਦਾ ਵੀ ਭਾਈ ਤੂੰ ਕਹਿੰਦਾ ਸੀ ਇੱਥੇ ਵਾਕਾ ਕਰਨਾ ਉਹ ਕਹਿੰਦਾ ਹਾਂ ਮਰੇ ਯਾਦ ਆ ਕਹਿੰਦਾ ਮੜਾ ਹੁਣ ਅੱਧਾ ਘੰਟਾ ਖੜ ਜਾਂ ਨਹੀਂ ਰਾਜਾ ਹੋ ਲੈਣ ਦੇ ਚਲੋ ਉੱਧਾ 1 ਘੰਟਾ ਉੱਥੇ ਖੜ ਗਏ ਮੂਹ ਨੇ ਰਾਜਾ ਜਦੋਂ ਹੋ ਗਿਆ ਤੇ ਉਹ ਬਾਈ ਬੁੜੀਆਂ ਦੇ ਪਾਥੀਆਂ ਵਾਲੇ ਬਾੜਿਆਂ 'ਚ ਘਹਾਰੇ ਲੱਗੇ ਸਾਡੇ ਘੀਰੇ ਕਹਿ ਦਿੰਦੇ ਆ ਜੀ ਆਹੋ ਪਾਥੀਆਂ ਦਾ ਘਾਰਾ ਲੱਗਿਆ ਚੰਗਾ ਉਹਦੀ ਨਿਗਾਹ ਪੈ ਗਈ ਸੀ ਤੜਕ ਗਈ ਉਹ ਸਾਰਾ ਘਾਰਾ ਪੰਨ ਕੇ ਪੰਡ ਬੰਨ ਕੇ ਪਾਤੀਆਂ ਦੀ ਮਗਰਲੇ ਦੇ ਸਿਰ ਤੇ ਧਰਾ ਕੇ ਦੇ ਘਰੇ ਲੈ ਗਿਆ ਹਾਂਜੀ ਕਹਿੰਦਾ ਵੀ ਲੈ ਭਾਗਵਾ ਨੇ ਮौज ਕਰ ਤੇ ਤੂੰ ਰੋਟੀ ਪਾਣੀ ਤੱਤਾ ਪੜਾਇਆ ਕਰ ਜਵਾਕਾਂ ਨੂੰ ਤੱਤੇ ਪਾਣੀ ਨਾਲ ਨਮਾਇਆ ਕਰ ਬੇਫਿਕਰ ਹੋ ਜਾ ਉਹ ਕਹਿੰਦੀ ਵੀ ਬਹੁਤ ਚੰਗਾ ਕੀਤਾ ਇਹਦਾ ਤੂੰ ਵਧੀਆ ਹੋ ਗਿਆ ਦੂਜੇ ਹੁਣ ਉਹ ਤੜਕੇ ਜਦੋਂ ਜਾਂਦਾ ਵਾਪਸ ਹੁਣ ਘਾਰੇ ਕੋਲ ਦੀ ਨੰਗਿਆ ਦਾ ਉੱਥੇ ਬੁੜੀਆਂ ਦਾ ਇਕੱਠ ਹੋਇਆ ਬੰਦਿਆਂ ਦਾ ਇੱਕ ਬੁੜੀ ਗਾਲਾਂ ਕੱਢੀ ਜਾਵੇ ਉਹਨੇ ਸਕੂਟਰ ਰੋਕ ਲਿਆ ਉਹਨੋਂ ਬੁੜੀ ਗਾਲਾਂ ਕੱਢ ਰਹੀ ਆ ਕਹਿੰਦੀ ਮੈਂ ਤਾਂ ਕਹਿੰਦੀ ਆ ਪੁੱਤ ਮਰ ਜਾਣ ਜਿਹੜਾ ਇਹ ਕਰ ਗਿਆ ਉਹਦੇ ਪੁੱਤ ਰਹਿਣ ਨਾ ਇਹ ਨਾ ਇਹ ਜਣ ਕੇ ਉਹ ਉਹ ਬੁੜੀ ਜਿਹਦੀਆਂ ਬਾਥੀਆਂ ਚੋਰੀ ਹੋਈਆਂ ਸੀ ਜਿਹਦੀਆਂ ਪਾਥੀਆਂ ਕਹਿੰਦੀ ਮੈਂ ਤਾਂ ਕਹਿੰਦੀ ਆ ਪੁੱਤ ਮਰ ਜਾਣ ਭੁੰੜੇ ਦੇ ਜਿਹੜਾ ਮੇਰਿਆਂ ਪਾਥੀਆਂ ਲੈ ਗਿਆ ਕੱਖ ਨਾ ਰਹੇ ਉਹ ਨਾਲ ਦੇ ਨੂੰ ਹੌਲੀਕ ਦੇਣੇ ਕਹਿੰਦਾ ਕਹਿੰਦਾ ਮਾਈ ਜਿੰਨੇ ਮਰਜੀ ਗਈ ਆ ਪੁੱਤ ਮਰ ਜਾਣ ਤੇਰੇ ਕਹਿਣ ਦਾ ਮਰ ਜਾਣ ਮਰ ਜਾਣ ਠੰਡ ਨਾਲ ਨਹੀਂ ਮਰਨ ਦਿੰਦਾ ਲੈ ਗਿਆ ਸਕੂਟਰ ਤੇ ਉਤਰ ਗਿਆ ਆ ਸਹੀ ਗੱਲ ਹੈ ਇਹ ਆ ਲੋਈ ਇੱਕ ਸੱਤ ਬਈ ਮੈਂ ਤੁਹਾਨੂੰ ਦੱਸਣਾ ਸੀ ਬਈ ਇੱਕ ਹੁਣ ਜਿਵੇਂ ਗਾਣੇ ਤੋਂ ਪਹਿਲਾਂ ਆਪਾਂ ਲੈ ਕੇ ਚੱਲੋ ਕਹਾਣੀਆਂ ਵੱਲੋਂ ਮੈਂ ਥੋੜਾ ਥੋੜਾ ਹੋਇਆ ਔਰ ਮੈਂ ਇੱਕ ਹੋਰ ਚੀਜ਼ ਲੈ ਕੇ ਦੇਖੀ ਤੁਹਾਨੂੰ ਸੁਣਾਵਾਂ ਤੁਸੀਂ ਦੱਸਿਓ ਕਿਵੇਂ ਆ ਹਾਂ ਜੀ ਜੇ ਆਪਾਂ ਇੱਕ ਦੂਜੇ ਨੂੰ ਸਰਚ ਨਾ ਕਰੀਏ ਕੱਲ ਸਮਝਣ ਦਾ ਯਤਨ ਕਰ ਜੇ ਆਪਾਂ ਇੱਕ ਦੂਜੇ ਨੂੰ ਸਰਚ ਨਾ ਕਰੀਏ ਤਾਂ ਵੇਖੀ ਜ਼ਿੰਦਗੀ ਬਿਨਾ ਅਫਸੋਸ ਵੀ ਚੱਲ ਸਕਦੀ ਏ ਪਰ ਇਹ ਹੋ ਤੇ ਨਹੀਂ ਸਕਦਾ ਜੇ ਖਬਰ ਨਾ ਰੱਖੀਏ ਇੱਕ ਦੂਜੇ ਦੇ ਹਾਲ ਦੀ ਤਾਂ ਸੱਚ ਜਾਣੀ ਪੀੜ ਦਿਲ ਦੀ ਨੂੰ ਪੈ ਠੱਲ ਸਕਦੀ ਏ ਪਰ ਇਹ ਹੋ ਤੇ ਨਹੀਂ ਸਕਦਾ ਹਾਂ ਵਾਹ ਜੀ ਵਾਹ ਜੇ ਇੱਕ ਦੂਜੇ ਲਈ ਨਾ ਮੰਗੀਏ ਜੇ ਇੱਕ ਦੂਜੇ ਲਈ ਨਾ ਮੰਗੀਏ ਤਾਂ ਹੋਰ ਦਵਾਵਾਂ ਲਈ ਵੀ ਖੜਕਤੇ ਮੰਦਰ ਦੀ ਢੱਲ ਸਕਦੀ ਏ ਪਰ ਇਹ ਹੋਤੇ ਨਹੀਂ ਸਕਦਾ ਜੇ ਦਿਲ ਨੂੰ ਟਾਈਮ ਦਈਏ ਜੇ ਦਿਲ ਨੂੰ ਟਾਈਮ ਦਈਏ ਇੱਕ ਦੂਜੇ ਤੋਂ ਪਰਾਂ ਸੋਚਣ ਦਾ ਤਾਂ ਗੱਲ ਹੋਰ ਕੋਈ ਦਿਲ ਦੀ ਦੇਹਲੀ ਮਲ ਸਕਦੀ ਏ ਪਰ ਇਹ ਹੋਤੇ ਨਹੀਂ ਸਕਦਾ ਜੇ ਇੱਕ ਦੂਜੇ ਨੂੰ ਚਾਹਣ ਤੋਂ ਬਿਨਾ ਜੇ ਇੱਕ ਦੂਜੇ ਨੂੰ ਚੌੜ ਤੋਂ ਬਿਨਾ ਦੁਨੀਆ ਨੂੰ ਅਪਣਾਈਏ ਤਾਂ ਕੰਮ ਕਿਸੇ ਹੋਰ ਦੇ ਆ ਇਹ ਜਿਸਮ ਦੀ ਖਲ ਸਕਦੀ ਏ ਪਰ ਇਹ ਹੋ ਤੇ ਨਹੀਂ ਸਕਦਾ ਹੋ ਤੇ ਨਹੀਂ ਸਕਦਾ ਜੇ ਹੁਣੇ ਇਸੇ ਵੇਲੇ ਕਹੀਏ ਇੱਕ ਦੂਜੇ ਨੂੰ ਚੱਲ ਆ ਡਿਸੀਜਨ ਜੇ ਹੁਣੇ ਇਸੇ ਵੇਲੇ ਕਹੀਏ ਇੱਕ ਦੂਜੇ ਨੂੰ ਜਾਂ ਮਰ ਪਰੇ ਨਹੀਂ ਯਾਦ ਕਰਨਾ ਤਾਂ ਵੇਖੀ ਹਾਲਤ ਅੱਜ ਨਾਲੋਂ ਬਿਹਤਰ ਉਹ ਕੱਲ ਸਕਦੀ ਏ ਬੜੇ ਹੋਤੇ ਨਹੀਂ ਲੱਗਦਾ ਹੋਤੇ ਨਹੀਂ ਸਕਦਾ ਬਹੁਤ ਹੀ ਵਧੀਆ ਕਵਿਤਾ ਜੀ ਇਹ ਤਾਂ ਕਮਾਲ ਕਵਿਤਾ ਤੂੰ ਲਿਖ ਦਿੱਤੀ ਆ ਇਹ ਤਾਂ ਤੇਰੀ ਉਡਾਰੀ ਸਦਾ ਹੀ ਬਹੁਤ ਵਧੀਆ ਹੁੰਦੀ ਆ ਇੱਕ ਬਈ ਇੱਕ ਵਾਰ ਜਿੱਦੇ ਮੈਂ ਕਨੇਡਾ ਚੋਂ ਪਹਿਲੀ ਵਾਰੀ ਗਿਆ ਨਾ 2015 ਦੇ ਵਿੱਚ ਪੰਜਾਬ ਨੂੰ ਵਾਪਸ ਤਾਂ ਉਦੋਂ ਮੈਂ 에ਰਪੋਰਟ ਤੇ ਬੈਠ ਕੇ ਇੱਕ ਲਿਖੀ ਚੀਜ਼ ਉਹ ਵੀ ਤੁਹਾਨੂੰ ਸੁਣਾਉਣਾ ਅੱਜ ਮੇਰੇ ਯਾਦ ਆ ਗਈ ਹਾਂਜੀ ਹਾਂਜੀ ਉਹ ਸ਼ੁਰੂ ਇੱਥੋਂ ਹੀ ਹੁੰਦੀ ਆ ਬਸ ਲੋਭ ਵੀ ਮਿਲਦੇ ਆ ਹੁਣ ਫਿਰ ਸੱਥਾਂ ਚ ਮੋੜਾਂ ਤੇ ਖੁੰਡਾਂ ਤੇ ਬੀਹਾਂ ਚ ਲੰਗਰ ਚ ਗੁਰੂ ਘਰ ਛੱਪੜ ਤੇ ਡਾਕਟਰ ਦੇ ਮਕਾਨਾਂ ਚ ਸਰੀਹਾਂ ਤੇ ਹੱਟੀਆਂ ਤੇ ਮੇਲੇ ਚ ਵਾਹਣਾ ਚ ਰੂੜੀਆਂ ਤੇ ਮੰਡੀਆਂ ਤੇ ਉਜਾਰਾਂ ਚ ਰੈਲੀਆਂ ਚ ਧਰਨੇ ਤੇ ਦਿਵਾਨਾਂ ਤੇ ਨਾਉਣਗੇ ਮੀਹਾਂ ਚ ਦਰਜੀ ਦੇ ਤਾਕਤ ਤੇ ਤੁਪਾਂ ਚ ਪੰਚਾਇਤ ਘਰੇ ਫਿਰਨੀ ਤੇ ਟਾਬਿਆਂ ਤੇ ਖੇਤਾਂ ਚ ਵਿਆਹਾਂ ਚ ਭੋਗਾਂ ਤੇ ਆਦੀ ਤੇ ਬਾੜੇ ਚ ਸਕੂਲ ਤੇ ਡੈਰੀ ਤੇ ਚਾਹੇ ਤੇ ਗਰਾਊਂਡ ਚ ਰੁਹੀਆਂ ਤੇ ਕਬੱਡੀਆਂ ਤੇ ਟੈਂਪੂਆਂ ਤੇ ਬੱਸਾਂ ਚ ਧਰਮਸ਼ਾਲਾ ਚ ਪਈਆਂ ਤੇ ਬਾਜੀ ਤੇ ਖੇਡੇ ਚ ਟਿੱਬਿਆਂ ਚ ਭਰਤ ਤੇ ਅੱਡੇ ਤੇ ਸਿਵਿਆਂ ਚ ਘੜਿਆਂ ਚ ਕੜਾਹੀ ਤੇ ਰੇਤੇ ਤੇ ਟਰਾਲੀ ਚ ਪਿੰਡ ਚ ਸ਼ੈਂਕਲ ਤੇ ਟਰੈਕਟਰ ਤੇ ਪੰਜਾਬ ਚ ਵਾਹ ਜੀ ਵਾਹ ਕਮਾਲ ਹੀ ਕਮਾਲ ਹੀ ਕਮਾਲ ਆਪਾਂ ਇਹਨੂੰ ਕਰ ਸਕਦੇ ਆਂ ਵੀ ਕਪਤਾ ਬਣ ਗਈ ਇਹ ਇਹ ਹੈ ਹੀ ਕਪਤਾ ਇਹ ਤਾਂ ਹੈ ਹੀ ਕਪਤਾ ਇਹਨੂੰ ਤਾਂ ਕੁਝ ਵੀ ਨਹੀਂ ਕਹਿ ਸਕਦੇ ਹੋ ਠੀਕ ਹੈ ਜੀ ਇਹ ਤੋਂ ਵੱਡੀ ਹੁਣ ਕਪਤਾ ਕੀ ਹੋ ਸਕਦੀ ਐ ਇਹ ਤਾਂ ਪੰਜਾਬੀ ਵਿਰਸਾ ਸਾਡਾ ਸਾਰਾ ਹੀ ਤਾਂ ਵਿੱਚ ਇਹਦੇ ਵਿੱਚ ਫਿੱਟ ਕਰਤਾ ਥੈਂਕ ਯੂ ਬਾਈ ਇਹ ਮੈਂ ਹੁਣ ਇੱਕ ਬਾਈ ਕੋਸ਼ਿਸ਼ ਕਰ ਰਿਹਾ ਥੋੜੀ ਜੀ ਵੀ ਇੱਕ ਕਿਤਾਬ ਦਾ ਜਿਹੜਾ ਯਤਨ ਕਰ ਰਹੇ ਹਾਂ ਗਾਂ 66 ਦਾ ਹਾਂਜੀ 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 ਤੇ ਉਹਦਾ ਮੈਂ ਨਾਂ ਰੱਖਿਆ ਹੋਇਆ ਸਾਡਾ ਜੋਰ ਵੀ ਫਸਲਾਂ ਕਰਕੇ ਆ ਸਾਡੀ ਤੌਰ ਵੀ ਫਸਲਾਂ ਕਰਕੇ ਆ ਉਹਦੇ ਚ ਫਿਰ ਇਹ ਸਾਰੀਆਂ ਚੀਜ਼ਾਂ ਮੇਰਾ ਰਾਦਦਾ ਉਹਦੇ ਚ ਪਾ ਲਿਆ ਹਾਂ ਹਾਂ ਨਹੀਂ ਇਹ ਚੀਜ਼ਾਂ ਤਾਂ ਬਹੁਤ ਵਧੀਆ ਇਹ ਇੱਕ ਸਾਡੇ ਪਿੰਡ ਹੁੰਦਾ ਸੀਗਾ ਨਾ ਆਪਣਾ ਰਾ ਉਹ ਵੀ ਮਿਸਤਰੀ ਸੀਗਾ ਤੇ ਉਹਦਾ ਗਾਂ ਭਤੀਜਾ ਵੀ ਮਿਸਤਰੀ ਸੀਗਾ ਤੇ ਅਸੀਂ ਬਾਥਰੂਮ ਬਣਾਣਾ ਸੀਗਾ ਤੇ ਉਹ ਸਾਡੇ ਦੋਨੋਂ ਹੀ ਆ ਗਏ ਚਾਚਾ ਭਤੀਜਾ ਕੰਮ ਕਰਨ ਤੇ ਉਹ ਭਤੀਜੇ ਨੂੰ ਘੱਟ ਮਿਲਦਾ ਸੀ ਆਮ ਤੌਰ ਤੇ ਪਰ ਸਾਡੇ ਉਹ ਦੋਨੋਂ ਹੀ ਆ ਗਏ ਤੇ ਉਹ ਆਪਣੇ ਭਤੀਜੇ ਨੂੰ ਕਹੇ ਕਹਿੰਦਾ ਤੈਂ ਕਦੇ ਇਦਾਂ 40 ਫੁੱਟ ਲੰਮਾ ਲੈਂਟਰ ਲਾਇਆ ਉਹ ਉਹਨੂੰ ਸਿਖਾਣਾ ਚਾਹੇ ਕੰਮ ਭਤੀਜਾ ਮੋਰਿਓ ਕਹਿੰਦਾ ਕੋਈ ਨਹੀਂ ਕਹਿੰਦਾ ਚਾਚਾ ਕਿ ਆ ਕਿਹੜੇ ਲੈਂਟਰ ਦੀ ਗੱਲ ਕਰਦਾ ਜਿੰਨ ਟੈਂਕੀ ਬਣਾ ਲਈ ਉਹਨ ਸਭ ਕੁਝ ਹੀ ਬਣਾ ਲਿਆ ਉਹਨੇ ਟੈਂਕੀ ਬਣਾਈ ਹੋਣੀ ਨਾ ਕਿਤੇ ਹਾਂਜੀ ਉਹ ਤੋਂ ਨਹੀਂ ਜੀ ਸੋ ਇਹ ਹੈ ਗੱਲ ਇਹ ਆ ਵੀ ਜਿੱਦਾਂ ਦੇ ਗੀਤ ਤੂੰ ਲਿਖਦਾ ਉਹਨੇ ਜਿਹੜਾ ਲਿਖ ਲਿਆ ਉਹ ਫੇ ਕਵੀ ਆ ਇਹ ਸਭ ਕਵਤਾ ਹੀ ਆ ਅੰਦਰੋਂ ਕਵਤਾ ਹੀ ਨਿਕਲਦੀ ਫੇ ਜਿਹੜਾ ਬੰਦਾ ਕਵੀ ਆ ਹਾਂਜੀ ਅੰਦਰੋਂ ਲਫ਼ਜ਼ਾਂ ਦਾ ਬਹਾਾ ਜਦੋਂ ਬਣ ਜਾਂਦਾ ਫੇ ਠੀਕ ਹੋ ਜਾਂਦਾ ਹਾਂ ਬਹੁਤ ਵਧੀਆ ਜੀ ਚਲੋ ਬਹੁਤ ਬਹੁਤ ਧੰਨਵਾਦ ਬਈ ਠੀਕ ਆ ਬਾਈ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੇ ਬੜਾ ਵਧੀਆ ਆਨੰਦ ਆ ਗਿਆ ਗੱਲਾਂ ਬਾਤਾਂ ਕਰਕੇ ਪਿੰਡ ਪੁੰਡ ਗੇੜਾ ਨਿਕਲ ਠੀਕ ਹੋ ਗਿਆ ਬਹੁਤ ਵਧੀਆ ਗੱਲਾਂ ਹੋਈਆਂ ਜੀ ਬਹੁਤ ਬਹੁਤ ਧੰਨਵਾਦ ਬਈ ਠੀਕ ਆ ਬਾਈ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਇਸੇ ਤਰੀਕੇ ਨਾਲ ਪੰਜਾਬੀ ਪੋਡਕਾਸਟ ਨਾਲ ਜੁੜੇ ਰਹੋ ਇਹਨੂੰ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਜਿੱਥੇ ਵੀ ਹੋ ਸਕਦਾ ਇਹਦਾ ਨਾਮ ਫਲਾਓ ਇਹਦੇ ਬਾਰੇ ਗੱਲਬਾਤ ਕਰੋ ਤਾਂ ਕਿ ਪੰਜਾਬੀ ਦੀ ਚੜ੍ਹਦੀ ਕਲਾ ਰਹੇ ਅਗਲੇ ਹਫਤੇ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਸਹਿਯੋਗ ਦੇਣ ਲਈ ਤੇ ਸਾਡਾ ਹੌਸਲਾ ਵਧਾਉਣ ਲਈ ਬਹੁਤ ਬਹੁਤ ਧੰਨਵਾਦ